ਸੁਣਦੇ ਨੇ ਤੁਸੀਂ ਨਿੱਕੀ ਨਿੱਕੀ ਬੇਬੇ ਕੀ ਹੋ ਗਿਆ ਤੈਨੂੰ? ਅਸੀਂ ਬੇਬੇ ਮੈਂ ਤਾਂ ਜਾਣ ਕਰੀ ਉਹ ਦਰਦ ਵਾਲਾ ਹੋ ਜਾਂਦਾ। ਐ ਕੀ ਹੋ ਗਿਆ ਲੈ ਕੀ ਖਾਦਾ ਸੀ ਅੱਜ? ਇਹ ਕੁਝ ਨਹੀਂ ਖਾਦਾ ਬੇਬੇ। ਅਏ ਬੇਬੇ ਜਾਣ ਕਰੀ ਆਂਦੀ ਆ। ਨਹੀਂ ਆਏ ਨਾ ਕਰ, ਮੈਨੂੰ ਆਇਆ ਲੱਗਦਾ ਤੂੰ ਗਾਜਰੀ ਤਾਂ ਨਹੀਂ ਖਾ ਲਈ। ਨਹੀਂ ਬੇਬੇ ਕੁਝ ਨਹੀਂ ਖਾਦਾ। ਤੇਰਾ ਬਸਾ ਕੋਈ ਨਹੀਂ ਮੈਨੂੰ। ਅਏ ਬੇਬੇ ਜਾਣ ਕਰੀ ਆਂਦੀ ਆ ਮੇਰੀ ਤਾਂ। ਚੱਲ ਚੁੱਪ ਕਰ ਤੂੰ, ਮੈਂ ਦਿੰਨੀ ਆ ਤੇ ਗੋਲੀ ਦੇ ਦੇ ਦਰਦ ਵਾਲੀ ਤੇ ਪਈ ਹੋਈ। ਬੇਬੇ ਮੇਰੇ ਤੇ ਜਾਨ ਨਿਕਲੀ ਆਂਦੀ ਆ। ਨਹੀਂ ਫਿਰ ਦਰਦ ਵਾਲੀ ਗੋਲੀਆਂ ਪਈਆਂ ਨੇ ਆਪਣੇ, ਲਿਆ ਦੇ ਜਲਦੀ। ਆਏ ਦੇ ਨਾ ਕਰ ਅੜੀਏ, ਮੇਰੇ ਹਾਲ ਚ ਪੈ ਜਾਂਦਾ ਫਿਰ। ਹਾਏ ਬੇਬੇ ਮੈਂ ਤਾਂ ਮਰ ਜੂਗੀ। ਨਹੀਂ ਗੋਲੀ ਲੈ ਦੇ, ਨਹੀਂ ਲਿਆਉਣੀ ਐ, ਮੇਰਾ ਦਿਲ ਕਾਲਾ ਪਈ ਜੂਗਾ। ਹਾਏ ਬੇਬੇ ਆ ਜਾ ਜਲਦੀ। ਆਈ ਬੇਬੇ ਲਿਆਈ ਜਾਨੀ ਆ ਜਦੋਂ ਜਲਦੀ ਆ ਖੜ ਆ ਚੱਕ ਹਾਲਾ। ਆਏ ਕੀ ਹੋ ਗਿਆ ਦੱਸ? ਹੈ ਪਤਾ ਨਹੀਂ ਬੇਬੇ। ਚੱਲ ਗੋਲੀ ਦੇਖਦੇ ਆ, ਗੋਲੀ ਨਾਲ ਜੇ ਡਿੱਗ ਗਿਆ ਡਿੱਗ ਗਿਆ, ਨਹੀਂ ਫਿਰ ਡਾਕਟਰ ਕੋਲ ਲੈ ਜਾਂਦੇ। ਠੀਕ ਆ ਬੇਬੇ। ਆਏ ਬੇਬੇ ਕਦੋਂ ਕਦੋਂ ਸਰੂਗਾ ਗੋਲੀ ਦਾ? ਕੋਈ ਨੀ ਪੈ ਜਾ, ਕੀ ਹੈ ਫਾਇਦਾ ਹੋ ਜੇ ਗੋਲੀ ਨਾਲ, ਨਹੀਂ ਫਿਰ ਭਾਈ ਦਵਾ ਲਿਆਊਗਾ ਰਵੀ। ਕੀ ਹੋ ਗਿਆ ਬੇਬੇ? ਮੈਂ ਕੀ ਉਹਦਾ ਦਰਦ ਹੋਈ ਜਾਂਦਾ, ਗੋਲੀ ਦੇ ਕੇ ਹਟੀ ਆ ਉਹਨੂੰ ਮੈਂ, ਘਰੇ ਪਈ ਸੀ ਜਿਹੜੀ। ਕੀ ਇਹਦੇ ਤੀਜੇ ਦਿਨ ਇਹਦੇ ਗੋਲੀ ਵੱਜ ਜਾਂਦੀ ਆ, ਰੋਜ਼ ਦੇ ਨਾਟਕ ਇਹਦੇ, ਜਦੋਂ ਉਹਨੂੰ ਕੰਮ ਕਰਨਾ ਹੁੰਦਾ ਉਦੋਂ ਉਹਨੂੰ ਦਰਦ ਹੋਣ ਲੱਗ ਜਾਂਦਾ। ਉਹ ਤਾਂ ਮਿਲ ਹੀ ਜਾਂਦੀ ਜੇ ਉਹ ਕਿਵੇਂ ਨਾਟਕ, ਕੀ ਦਵਾਈ ਦਵਾ ਲਿਆ ਤੂੰ, ਦਰਦ ਜ਼ਿਆਦਾ ਹੀ ਹੁੰਦਾ ਹੈਗਾ। ਨਹੀਂ ਪਤਾ ਮੈਨੂੰ ਦਵਾਈ ਦੂਈ ਦਵਾਈ ਨਹੀਂ, ਮੈਂ ਤਾਂ ਜਾਗ ਜਾਣਾ ਤਾਂ। ਹੋਰ ਤੇਰੇ ਪਿਓ ਦਵਾਊਗਾ, ਹਾਲ ਦੇਖ ਕੀ ਕਰਦਾ ਇਹ ਵੀ, ਥੋੜਾ ਲੰਬੂ ਜਾ, ਕੋਈ ਕੰਮ ਤਾਂ ਕਰ ਦੇਵੇ, ਕੋਈ ਤਾਂ ਕਰ ਦੇਵੇ, ਹਰੇਕ ਨੂੰ ਜਵਾਬ ਦੇ ਦਿੰਦਾ। ਵੀਰਪਾਲ ਕਿਵੇਂ ਹੁਣ, ਦਰਦ ਠੀਕ ਆ? ਬਸ ਬੇਬੇ ਬਾਬਾ ਜੀ ਆ। ਜੇ ਤਾਂ ਜ਼ਿਆਦਾ ਹੁੰਦਾ ਤਾਂ ਦੱਸ, ਨਹੀਂ ਮੈਂ ਲੈ ਜਾਂਦੀ ਆ, ਨਹੀਂ ਐ ਕਰ ਤੂੰ। ਤੇ ਰਵੀ ਕੀ ਕਹਿੰਦਾ? ਉਹ ਤਾਂ ਕਹਿੰਦਾ ਮੈਨੂੰ ਨੀ ਪਤਾ ਬੇਬੇ, ਚੱਲ ਨਾ ਕੋਈ ਨਾ ਬੇਬੇ, ਮੈਂ ਬਾਪੂ ਨੂੰ ਫੋਨ ਕਰ ਦਿੰਦੀ। ਹਾਂ ਮੈਂ ਹੀ ਗਈ ਦਾ, ਮੈਂ ਮੇਰੇ ਨਾਲ ਚੱਲ ਪੜ, ਮੈਂ ਤਾਂ ਹੁਣ ਤੋਰ ਕੇ ਜਾਊਂਗੀ, ਤੇ ਇੱਥੇ ਕਿਹੜਾ ਕੋਈ ਟੈਂਪੂ ਵਗੈਰਾ। ਹਾਂ ਫੋਨ ਲਾ ਦਿਓ। ਹੈਲੋ, ਹਾਂ ਸਤਿ ਸ਼੍ਰੀ ਅਕਾਲ ਬਾਪੂ। ਬਾਪੂ ਮੇਰੇ ਦਰਦ ਵਾਲਾ ਹੋਈ ਜਾਂਦਾ, ਮੈਂ ਤਾਂ ਦਵਾਈ ਦਵਾ ਕੇ ਲਿਆ। ਹਾਂ ਬਾਬਾ, ਰਵੀ ਨਹੀਂ ਜਾਂਦਾ ਵਾ। ਠੀਕ ਆ, ਆ ਜਾਓ ਛੇਤੀ। ਠੀਕ ਆ ਬਾਪੂ, ਛੇਤੀ ਆ ਜਾਈ, ਮੈਂ ਤਾਂ ਦਰਦ ਵਾਲਾ ਹੋਈ ਜਾਂਦਾ। ਠੀਕ, ਕੀ ਆਦਾ ਆਉਣਾ ਮੈਂ? ਹਾਂ ਬੇਬੇ ਉਹ ਕਹਿੰਦਾ ਮੈਂ ਆਉਣਾ। ਚੱਲ ਚੰਗਾ ਫਿਰ, ਦਵਾਈ ਤਾਂ ਲਿਆਉਣੀ ਕੋਈ, ਮੈਂ ਤਾਂ ਆਹੀ ਮੈਂ ਨਹੀਂ ਲੈ ਜਾਂਦੀ ਕਾਹ ਦੇ, ਇੱਥੇ ਤਾਂ ਕੋਈ ਹੈ ਨਹੀਂ, ਸਹੂਲਤ ਰਕਸ਼ੇ ਵਗੈਰਾ ਹੈ ਨਹੀਂ ਗੇ, ਨਾ ਉਹਦੇ ਟੈਂਪੂ ਨੇ, ਨਹੀਂ ਮੈਂ ਹੀ ਲੈ ਜਾਂਦੀ। ਕੋਈ ਨਾ ਬੇਬੇ, ਆਉਂਦਾ ਵਾ ਤੁਰਾ ਤਾਂ ਇੱਥੋਂ ਜਾਣਾ ਨਹੀਂ, ਤੁਰਾ ਨਹੀਂ ਆਉਂਦਾ ਬੇਬੇ ਦਰਦ ਵਾਲਾ। ਅੱਗੇ ਤਾਂ ਕਦੇ ਐਂ ਹੋਇਆ ਨਹੀਂ, ਅੱਜ ਕਿਉਂ ਹੋਣ ਲੱਗ ਗਿਆ? ਪਤਾ ਨਹੀਂ ਬੇਬੇ, ਕਦੇ ਨਾ ਹੋਣ ਲੱਗ ਕੇ ਦਰਦ ਕਰਨੇ। ਕੋਈ ਸਾਗ ਸੂਗ ਤਾਂ ਨਹੀਂ ਕਹਿੰਦਾ ਬਣਾਇਆ ਜੀ ਅਪਰਾਧ? ਨਾ ਬੇਬੇ ਕੁਛ ਨਹੀਂ, ਸਾਗ ਨਾਲ ਵੀ ਤੇਜ਼ਾਬ ਜਿਹਾ ਬਣ ਜਾਂਦਾ, ਹੋਣ ਲੱਗ ਜਾਂਦਾ ਦਰਦ। ਚੱਲ ਪੈ ਜਾ ਚੰਗਾ। ਕੋਈ ਨਾ ਬੇਬੇ, ਬਾਪੂ ਆ ਜਾਊਗਾ। ਆ ਪੈ ਜਾ ਕੋਈ ਨਹੀਂ, ਜਦੋਂ ਆਊਗਾ ਦਵਾਈ ਦਵਾ ਦੇ। ਐਂ ਦੱਸ ਜੇ ਚਾਹ ਚੂਹ ਪੀ ਜਾ, ਘੁੱਟ ਤਾਂ ਮੈਂ ਬਣਾ ਦੇ। ਨਾ ਦਰਦ ਵਾਲਾ ਹੋ ਜਾਂਦਾ ਮੇਰੇ ਤਾਂ, ਮੇਰੀ ਚਾਹ। ਚੱਲ ਚੰਗਾ ਪੈ ਜਾ। ਠੀਕ, ਹੋਰ ਕੀ ਗੱਲ ਹੋਈ? ਟਾਈਮ ਨਾਲ ਦਾ ਆ ਕਰ, ਘੰਟਾ ਹੋ ਗਿਆ ਤੈਨੂੰ ਡੀਕੀ ਆਂਦੇ ਨੂੰ ਮੈਨੂੰ। ਪਤਾ ਤਾਂ ਹੈਗਾ ਤੈਨੂੰ, ਸਵੇਰੇ ਸਵੇਰੇ ਕੰਮ ਕਿੰਨਾ ਹੁੰਦਾ, ਨਾਲੇ ਉਹ ਸਵੇਰੇ ਸਵੇਰੇ ਹੁਣੀ ਗਿਆ ਜੇ ਕੰਮ ਤੇ ਅੱਜ, ਤਾਂ ਕਰਕੇ ਤੈਨੂੰ ਪਤਾ ਫਿਰ ਆਸਾ ਪਾਸਾ ਵੀ ਦੇਖ ਕੇ ਆਉਣਾ ਪੈਂਦਾ। ਆਸਾ ਪਾਸਾ ਵੀ ਦੇਖ ਕੇ ਆਉਣਾ ਪੈਂਦਾ, ਮੈਨੂੰ ਵੀ ਘਰੇ 100 ਕੰਮ ਹੁੰਦੇ ਆ, ਮੈਂ ਵੀ ਟਾਈਮ ਟੂ ਟਾਈਮ ਕੱਢ ਕੇ ਮਿਲਣ ਆਉਣਾ ਤੈਨੂੰ, ਹੁਣ ਮੈਂ ਕਿਹੜਾ ਵਿਹਲਾ ਹੁੰਦਾ। ਐਂ ਤਾਂ ਹੈ ਜੀ, ਤੁਹਾਡੀ ਗੱਲ ਕੁਛ ਹੋਰ ਆ, ਮੇਰੀ ਗੱਲ ਕੁਛ ਹੋਰ ਆ, ਤੈਨੂੰ ਪਤਾ ਵੀ ਆ।
ਗਲੀ ਚ ਤਾਂ ਨਹੀਂ ਆਉਂਦਾ ਕੋਈ? ਨਹੀਂ, ਗਲੀ ਚ ਤਾਂ ਕੋਈ ਨਹੀਂ ਆਉਂਦਾ, ਤਾਂ ਹੀ ਮੈਂ ਇਸ ਗਲੀ ਚ ਆਈ ਇੱਧਰ ਦੀ। ਠੀਕ ਆ, ਤੇ ਮੈਂ ਤੂੰ ਨਾ ਕੋਈ ਕਰ ਹੀਲਾ, ਮੈਂ ਇੱਥੋਂ ਨਹੀਂ ਹੁਣ ਰਿਹਾ ਜਾਂਦਾ, ਐਂ ਲੋਕ ਲੋਕ ਕੇ ਕਿੰਨਾ ਕੁ ਟਾਈਮ ਮਿਲਾਂਗੇ? ਤੂੰ ਉਹਨੂੰ ਦੇ ਤਲਾਕ ਦੇਊਗੀ, ਜੇ ਦੇ ਤਲਾਕ ਦੇਤਾ ਮੈਂ ਤੈਨੂੰ ਉੱਦੀ ਲੈ ਜਾਈ। ਮੈਂ ਤਾਂ ਹੁਣ ਉਹਨੂੰ ਕਿੰਨੇ ਵਾਰ ਕਹਿਤਾ ਮੈਨੂੰ ਤਲਾਕ ਚਾਹੀਦਾ, ਮੰਨੇ ਵੀ ਕੋਈ ਗੱਲ ਨਹੀਂ, ਥੋੜ੍ਹਾ ਟਾਈਮ ਹੋਰ ਵੇਟ ਕਰ, ਕਰਦੇ ਹਾਂ ਕੋਈ ਹੱਲ ਫਿਰ। ਕਦੋਂ ਨੂੰ ਕਰੇਂਗੀ? ਮਤਲਬ ਮੇਰਾ ਕੰਮ ਉਲਟਾ ਹੋ ਗਿਆ। ਕੀ ਕਹਿੰਦੀ ਨਾ ਤੇਰੀ ਮੈਡਮ, ਕੀ ਕਹਿੰਦੀ ਤਲਾਕ ਦੇਣ ਨੂੰ? ਮੈਂ ਉਹਦੇ ਨਾਲ ਤਲਾਕ ਦੀ ਗੱਲ ਗੁੱਲ ਕੋਈ ਨਹੀਂ ਕਰੀ ਯਾਰ, ਮੈਂ ਤਾਂ ਹਜੇ ਉਹਨੂੰ ਬਸ ਤਪਾਉਣਾ ਰਹਿੰਦਾ। ਮੈਂ ਕਿਹੜਾ ਉਹਨੂੰ ਬੁਲਾਉਣਾ, ਅੱਜ ਵੀ ਬੇਬੇ ਕਹੀ ਜਾਂਦੀ, ਕਹਿੰਦੇ ਦਰਦ ਹੋਈ ਜਾਂਦਾ, ਦਵਾਈ ਦਵਾ ਲਿਆ। ਮੈਂ ਸਿੱਧਾ ਕਹਿ ਕੇ ਆ ਗਈ, ਮੈਨੂੰ ਨਹੀਂ ਪਤਾ, ਮਰਦੀ ਆ ਮਰਦੀ। ਅੱਛਾ ਚੱਲ ਫਿਰ ਠੀਕ ਆ, ਕੋਈ ਗੱਲ ਨਹੀਂ, ਤਾਂ ਨਾਲੇ ਬਾਲਾ ਨਾ ਉਹਦੇ ਲੇਲੇ ਪੇਪੇ ਜੇ ਕਰਿਆ ਕਰ, ਤਾਂ ਹੀ ਆਵਾ ਫਿਰ ਉਹਨੇ ਛੇ ਛੇਤੀ ਤੈਨੂੰ ਤਲਾਕ ਵੀ ਨਹੀਂ ਦੇਣਾ। ਮੈਂ ਤਾਂ ਕੀ ਲੇਲੇ ਪੇਪੇ ਕਰ ਦਾਂਗਾ, ਹੋਰ ਕੌਣ, ਤੂੰ ਮਾੜਾ ਜਿਹਾ ਧਿਆਨ ਰੱਖਿਆ ਕਰ ਹੁਣ। ਨਾ ਨਾ ਕੋਈ ਗੱਲ ਨਹੀਂ, ਮੈਂ ਕਿਹੜਾ ਬੁਲਾਉਣੀ, ਮੈਂ ਤਾਂ ਆਪ ਨਹੀਂ ਬੁਲਾਉਂਦੀ ਉਹਨੂੰ। ਵੈਸੇ ਤਪਿਆ ਤਾਂ ਉਹ ਪਹਿਲਾਂ ਹੀ ਪਿਆ, ਉਹ ਇੱਕ ਦਿਨ ਕਹਿੰਦਾ ਤਾਂ ਸੀਗਾ ਵੀ ਕੋਈ ਨਾ ਜੇ ਤੇਰੀ ਇਹੀ ਇੱਛਾ ਵੀ ਤੈਨੂੰ ਤਲਾਕ ਦੇਣ ਦੀ, ਫਿਰ ਮੈਂ ਤੈਨੂੰ ਤਲਾਕ ਦੇ ਹੀ ਦੇਣਾ ਕਹਿੰਦਾ। ਬਸ ਠੀਕ ਆ, ਇਹੀ ਤਾਂ ਆਪਾਂ ਭਾਲਦੇ ਆ। ਹਾਂ ਜੇ ਤਲਾਕ ਦੇਤਾ ਉਹਦੀ, ਬਸ ਮੈਂ ਲੈ ਜਾਣਾ ਤੈਨੂੰ। ਠੀਕ ਆ, ਨਹੀਂ ਤੂੰ ਤਲਾਕ ਦੇ ਪੇਪਰ ਤਿਆਰ ਕਰਵਾ ਲਈ। ਸਾਰਾ ਕੁਝ ਹੋਇਆ ਤਾਂ ਯਾਰ ਵਕੀਲ ਨਾਲ ਸਾਰਿਆਂ ਨਾਲ ਗੱਲ ਹੋਈ ਪਈ, ਨਾ ਵੀ ਤਲਾਕ ਦੂੰਗਾ ਆਈ ਰੱਖੂ ਤੈਨੂੰ। ਠੀਕ ਆ ਚੱਲ, ਕੇ ਰੰਗ ਤਾਂ ਸਾਰੇ ਨਾਰਾਜ਼ ਜੇ ਹੋਣਗੇ, ਫਿਰ ਕੋਈ ਆਪੇ ਲੱਗ ਜਾਂਦੇ ਵਰਤਣ। ਉਹ ਤਾਂ ਹੋਈ ਜਾਣ ਦੇ, ਆਪਾਂ ਦੁਨੀਆਦਾਰੀ ਤੋਂ ਕੀ ਲੈਣਾ ਯਾਰ, ਆਪਾਂ ਕੁਝ ਚਾਹੀਦੀ ਆ। ਹਾਂਜੀ ਐ ਤਾਂ ਹੈ। ਤੇ ਹੋਰ ਕੋਈ ਚੀਜ਼ ਦੀ ਤਾਂ ਲੋੜ? ਨਾ ਨਾ ਬਸ ਚੀਜ਼ ਦੀ ਤਾਂ ਲੋੜ ਨਹੀਂ, ਬਸ ਦੋ ਚਾਰ ਦਿਨ ਖੜ ਜਾ, ਕੋਈ ਮੈਂ ਕਰਦਾ ਕੋਈ ਨਾ ਕੋਈ ਹੱਲ, ਐ ਨਹੀਂ ਪਤਾ ਮੈਂ, ਮੈਨੂੰ ਤਾਂ ਮੇਰੇ ਲਈ ਹੁਣ ਟਪਾਉਣੀ ਪੈ ਜੀ। ਚੰਗਾ ਚੱਲ, ਮੈਂ ਵੀ ਫਿਰ, ਤੂੰ ਪਹਿਲਾਂ ਆਪਦੇ ਵਾਲੀ ਦਾ ਹੱਲ ਕਰ, ਮੇਰੀ ਟੈਨਸ਼ਨ ਨਾ ਲੈ, ਮੈਂ ਤਾਂ ਜਦੋਂ ਤੂੰ ਕਹਿਤਾ ਮੈਂ ਤਾਂ ਉਹਦੀ ਆ ਜਾਣਾ ਤੇਰੇ ਨਾਲ। ਐਂ ਨਾ ਹੋਵੇ ਮੈਂ ਕਿਤੇ ਇੱਧਰੋਂ ਇਹ ਵੀ ਹੱਥ ਹਵਾਲਾਂ, ਮੁੜ ਕੇ ਤੂੰ ਕਹੇ ਵੀ ਉਹ ਤਲਾਕ ਨਹੀਂ ਦਿੰਦਾ, ਐਂ ਨਹੀਂ ਹੁੰਦਾ, ਸੌ ਜਾਉ ਨਹੀਂ ਹੁੰਦਾ। ਕੋਈ ਨਹੀਂ, ਤਲਾਕ ਦੇਵੇ ਚਾਹੇ ਨਾ ਦੇਵੇ, ਪਰ ਮੈਂ ਰਹਿਣਾ ਤਾਂ ਤੇਰੇ ਨਾਲ ਹੀ ਆ। ਠੀਕ ਆ, ਚੱਲ ਇੱਥੇ ਬਾਹਲਾ ਟਾਈਮ ਨਾ ਖੜੀਏ, ਹੁਣ ਕਈ ਵਾਰੀ ਕੋਈ ਆ ਜਾਂਦਾ ਹੁੰਦਾ। ਠੀਕ ਆ, ਚੰਗਾ, ਮੈਂ ਧਿਆਨ ਰੱਖੀਆਂ ਉਹਦਾ। ਠੀਕ ਆ, ਚੰਗਾ। ਅੱਗੇ ਨਾ ਤਾਂ ਠੀਕ ਆ, ਬੇਬੇ ਨੇ ਗੋਲੀ ਦੇ ਦਿੱਤੀ ਸੀ ਘਰੋਂ। ਬਸ ਆ ਕੇ ਬੈਠੇ ਹੀ ਮੈਂ ਤਾਂ ਜੀ। ਅੱਛਾ ਹਾਂ, ਚਾਹ ਬਣਾ ਲੈਂਦੀ ਹੋਰ ਪੁੱਤ ਠੀਕ ਆ? ਵਧੀਆ, ਕੰਮ ਕਾਰ ਠੀਕ ਹੈ? ਕੰਮ ਕਾਰ ਅੱਜ ਕੱਲ ਕਿਸੇ ਨਾ ਪੁੱਛਣ ਦੀ, ਕੰਮ ਕਾਰ ਨਾਲ ਹੀ ਹੈ ਕਿ ਨਾ ਲੈ ਕੇ ਜਾਊਂਗਾ। ਫਿਰ ਤਾਂ ਹੀ ਆਇਆ ਮੈਂ, ਨਾਲ ਦਵਾਈ ਦਿੱਤੀ ਦਵਾ ਲੈ ਕੇ, ਦੇਖ ਨਾ ਟੈਸਟ ਕਰਾ ਕੇ ਵਧੀਆ। ਫਿਰ ਐਂ ਤੈਨੂੰ ਪਤਾ ਦੋਏ ਦਰਦ ਐਤ ਕੇ ਉੱਠ ਖੜਿਆ ਵੀ ਐਂ ਚਾਹੀਦਾ ਨਹੀਂ ਉੱਠਣਾ। ਤਾਂ ਹੀ ਫਿਰ ਮੈਂ ਆਇਆ, ਕਹਿੰਦੀ ਅੱਜ ਤੂੰ ਕੰਮ ਸਮੁੰਦਰ ਜਾਣਾ, ਮੈਂ ਚਲੇ ਦਰਦ ਦਾ ਕੰਮ ਵੱਡਾ ਗਾ, ਬਿਮਾਰੀ ਬਿਮੂਰੀ ਚੜਾ ਤਾਂ ਪਤਾ ਲੱਗ ਜੂ, ਤਾਂ ਫਿਰ ਆਪ ਜੇ ਟੈਸਟ ਕਰਾਵਾਂਗੇ, ਫਿਰ ਟੈਸਟ ਕਰਾਈ ਪਤਾ ਲੱਗੂਗਾ। ਵਧੀਆ, ਫਿਰ ਉੱਥੇ ਰੱਖ ਲਓ। ਨਾ ਨਾ ਕੋਈ ਗੱਲ ਨਹੀਂ, ਜਮਾਂ ਠੀਕ ਹੋ ਗਈ ਉਹਦੀ ਭੇਜੂਗਾ। ਨਾ ਕੋਈ ਨਾ, ਉੱਥੇ ਰੱਖ ਲਓ। ਨਾ ਨਾ ਕੋਈ ਗੱਲ ਨਹੀਂ, ਫਿਰ ਵੀ ਕਰ ਦੂੰਗਾ।
ਪੰਥੀ ਤਾਂ ਹੁੰਦੀ ਹੈ ਪੁੱਛਣ ਦਾ, ਮੈਂ ਆਪਦੀ ਮਰਜ਼ੀ ਨਾਲ ਜਨਮ ਨਾਲ ਮੈਨੂੰ ਬੜਾ ਤੋਂ ਪੁੱਛਿਆ ਸੀਗਾ। ਹਾਂ ਪੁੱਛਣ ਦਾ ਜ਼ਰੂਰੀ ਮੈਂ ਜਦੋਂ ਠੀਕ ਹੋਵੇ ਉਹਦੀ ਛੱਡ ਲੂੰਗਾ ਨਾ ਕੋਈ ਨਾ ਛੱਡਣ ਦਾ। ਹਾਂ ਪਾਲੇ ਪੁੱਤ। ਹਾਂਜੀ ਬਾਪੂ ਪਾਲੇ ਕੱਪੜੇ ਤਾਂ। ਕੁਛ ਨੀ ਆਇਆ ਸੀਗਾ ਇੱਥੇ, ਮੈਂ ਰਵੀ ਕਿਹਾ ਸੀਗਾ ਤੂੰ ਉੱਥੋਂ ਲੈ ਜਾਓ, ਕਹਿੰਦਾ ਦਵਾਈ ਦਵੂਈ ਦਵਾ ਦੇ ਲੱਗੇ ਇਹ, ਕਹਿੰਦਾ ਮੈਨੂੰ ਥੋੜਾ ਕੰਮ ਵੱਧ ਰਹਿੰਦਾ ਗਾ ਤਾਂ ਕਰਕੇ ਸੀਗਾ। ਚਲੋ ਤੁਸੀਂ ਦਵਾਈ ਦਵਾ ਕੇ ਮੈਂ ਫਿਰ ਛੱਡ ਲੂੰਗਾ। ਹਾਂ ਕੋਈ ਨਾ ਛੱਡਣ ਦਾ ਤਾਂ ਕੋਈ ਨਾ ਰੱਖ ਲਓ ਜਿੰਨੇ ਦਾ ਰੱਖ। ਹਾਂ ਬੇਬੇ ਕੀ ਵੇ ਕੀ ਸੁਣਦੀ ਆ ਮੈਂ? ਕੀ ਹੋ ਗਿਆ ਬੇਬੇ? ਉਹੀ ਭੱਖੀ ਪਈਆਂ। ਮੈਨੂੰ ਗੱਲ ਦੱਸ ਪਿਆ ਉਹ ਬਿਮਾਰ ਹੈ ਤਾਂ ਫਿਰ ਦਵਾਈ ਉਹਦਾ ਪਿਓ ਦਵਾ ਕੇ ਆਇਆ, ਫਿਰ ਤੂੰ ਕਾਹਦੇ ਵਾਸਤੇ? ਉਹ ਚੱਲ ਕੋਈ ਨਾ ਫਿਰ ਜੇ ਦਵਾ ਦੇਣਗੇ ਉਹ ਵੀ ਘਰ ਦੇ ਆ। ਤੂੰ ਕਾਹਦਾ ਸੀ? ਉਹ ਮੇਰੇ ਕੋਲ ਨਹੀਂ ਟਾਈਮ ਹੈਗਾ ਬੇਬੇ ਉਹਦੇ ਲਈ। ਟਾਈਮ ਉਹਦੇ ਲਈ ਟਾਈਮ ਨਹੀਂ ਹੈਗਾ ਨਾ। ਆਹੋ ਮਾੜੀ ਮੋਟੀ ਸੰਗ ਆਉਣੀ ਚਾਹੀਦੀ ਆ, ਆਪਣਾ ਹੱਕ ਬਣਦਾ ਹੁਣ ਉਹਨਾਂ ਨੇ ਤਾਂ ਵਿਆਹ ਦੀ ਵਰਤੀ। ਉਹ ਕੋਈ ਨਾ ਬੇਬੇ ਵਿਆਹ ਤੋਂ ਬਾਅਦ ਵੀ ਉਹਨਾਂ ਦੇ ਹੱਕ ਬਣਦਾ ਹੁੰਦਾ ਵੇ। ਮੈਨੂੰ ਤੂੰ ਕਹੇਗਾ ਓਏ ਚੌੜ ਕਰੀ ਜਾਂਦਾ ਬੇਬੇ, ਮੈਂ ਤਾਂ ਉਹਨੂੰ ਕਹਿਣਾ ਗਾ ਵਧੀਆ ਦਵਾਈ ਤੁਸੀਂ ਦਵਾ ਦੂਗਾ ਉੱਥੇ ਰੱਖ ਲੈਣਗੇ ਦਸ ਦਿਨ ਮਹੀਨਾ ਸਾਲ ਜਿੰਨਾ ਟਾਈਮ ਉਹਨਾਂ ਨੇ ਰੱਖਣਾ। ਮੇਰੀ ਗੱਲ ਸੁਣ ਲਾ, ਇਹ ਤੇ ਨਾ ਬੇਇੱਜ਼ਤੀ ਕੀਤੀ ਆਪਣੀ। ਉਹ ਬੇਇੱਜ਼ਤੀ ਕਰੀ ਬੇਬੇ ਆਪਾਂ ਹੀ ਕਹਿੰਦਾ ਹੁਣ ਤੁਰਤੀ ਹੋ ਬਾਬਾ ਤੋਤੀ ਹੋ ਕੇ ਵਗ ਜਾ ਕੇ ਲੈ ਦੱਸ। ਉਹ ਫਿਰ ਉਹਦਾ ਪਿਓ ਲੈ ਕੇ ਗਿਆ ਹੈਗਾ, ਫਿਰ ਕਿੱਡੀ ਗੱਲ ਦਵਾ ਦੂਗਾ ਦਵਾਈ? ਉਹ ਤਾਂ ਫਿਰ ਦਵਾਊਗਾ ਹੀ, ਤੂੰ ਦਵਾਉਣ ਦਾ ਤੇਰਾ ਹੱਕ ਨਹੀਂ। ਉਹ ਕੰਮ ਕਾਰ ਦਾ ਪਰਹੇਜ਼ ਨਹੀਂ ਰਹਿੰਦਾ ਉੱਥੇ, ਵਧੀਆ ਚੱਲ ਸਾਲ ਦੋ ਸਾਲ ਲਾ ਲੂ ਰੈਸਟ ਕਰ। ਗੱਲ ਨੂੰ ਤਾਂ ਥੱਲੇ ਨਹੀਂ ਡਿੱਗਣ ਦਿੰਦਾ, ਐਡਾ ਹਰਾਮੀ ਆ। ਉਦੋਂ ਬੇਬੇ ਜਾ ਮੋਇਆ ਜੀ ਕਰਦਾ ਬਸ ਮੈਂ ਮੇਰੇ ਨਾਂ ਤੇ ਆ ਸਾਰਾ ਕੁਛ ਕੱਢ ਤਾਂ ਮੈਂ ਵੀ ਦੇ ਸਕਦੀ ਆ ਘਰੋਂ। ਉਹ ਬੇਬੇ ਸਾਲਾਂ ਪਤਨੀ ਡੇਢ ਸਾਲ ਆ ਤੂੰ ਤੂੰ ਕੱਢ ਦੇ। ਮੈਂ ਤਾਂ ਭਾਵੇਂ 2 ਘੰਟੇ ਆ ਪਰ ਹਰੇ ਹਜੇ ਮੇਰੇ ਚ ਪਾਵਰ ਹੈਗੀ ਆ। ਪਾਵਰ ਆ ਤੇਰੇ ਚ ਕਹਾਂ ਜਾਉਂ ਬਾਈ ਜਵਾਨ ਜੀ ਨੇ ਚਲਾ ਜਿਹੜਾ ਹੱਕ ਬਣਦਾ ਨਾ ਆਪੇ ਕਰਿਆ ਕਰ। ਕੀ ਕਰਿਆ ਕਰਾਂ? ਕੀ ਕਰਿਆ ਕਰਾਂ ਦੀ ਕਬੀਲਦਾਰ ਚ ਮਾ ਜੋ ਬਿਮਾਰ ਸੀ ਉਹਨੂੰ ਦਵਾਈ ਦਵਾ ਕੇ ਲਿਆਉਂਦਾ। ਬੇਬੇ ਹੌਲੀ ਬੋਲ ਪਾਣਾ, ਹੌਲੀ ਬੋਲ ਪਾ ਨਾਲੇ ਹੋਰ ਮੇਰਾ ਜੀ ਤੇ ਕੋਕਾ ਬੈ ਨਹੀਂ ਕਰਤੀ ਤੁਹਾਡਾ। ਹਾਂ ਹੋਰ ਹੁਣ ਥੱਕਿਆ ਆ ਕੰਮ ਕਰਕੇ ਤੂੰ ਫੇਰ ਅਨਸਾਰ ਲਾ ਦੀਂਦਾ ਤੇ ਰੱਬ ਨੂੰ ਮੈਨੂੰ ਦਿੱਤੀ ਜਾਂਦਾ ਹੈਗਾ ਕੰਮ ਕਰ ਲੈ ਜੇ ਜਾ ਮੜਾ ਜਾ ਸੁਖ ਦਾ ਸਾਹ ਹੋਵੇ ਐਵੇਂ ਹੀ ਮਰਦਾ ਤੂੰ ਮੈਨੂੰ ਪਹਿਲਾਂ ਨਾ ਬਾਪੂ ਮਰਦਾ ਨਾ ਤੂੰ ਮੈਨੂੰ ਵਿਆਹਦੀ ਵਧੀਆ ਫਿਰਦਾ ਰਹਿੰਦਾ ਸੀ ਵੇ ਮੈਨੂੰ ਬਾਲਾ ਗੁੱਸਾ ਚੜਦਾ ਤੇਰੀਆਂ ਗੱਲਾਂ ਸੁਣ ਸੁਣ ਕੇ ਨਾ ਬਾਲਾ ਗੁੱਸਾ ਚੜਦਾ ਮੈਨੂੰ ਦੇਖ ਕੇ ਵੇ ਗੁੱਸਾ ਚੜਦਾ ਤੂੰ ਹਾਂ ਮੇਰਾ ਮੂੰਹ ਦੇਖ ਕੇ ਚੜਦਾ ਇਹਨੂੰ ਗੁੱਸਾ ਕਿਉਂ ਮੇਰੇ ਮੂੰਹ ਨੂੰ ਕੀ ਖੱਖਰ ਲੱਗਿਆ ਹੋਇਆ ਕਿਲੋ ਕਿਲੋ ਪੱਕਾ ਥੁੱਕ ਛੱਡਦੀਆਂ ਮੂੰਹ ਤੇ ਜਾ ਵਗ ਜਾ ਉੱਠ ਖੜ ਬੇਬੇ ਮੱਥੇ ਹੋਰ ਨਾ ਖਾਲੀ ਤੂੰ ਉਹ ਕਿਉਂ ਉੱਪਰ ਦੇਖਦੀ ਐ ਤੇ ਮੈਂ ਅਰੇ ਹੋਰ ਤੂੰ ਵੀ ਇਹੀ ਬਸ ਕੱਲੀ ਸ਼ਰਮ ਮੰਨ ਲਿਆ ਕਰ ਜਿਹੜੀ ਤੇਰੀ ਕਬੀਲਦਾਰੀ ਆਪ ਸਿੱਖ ਲਾ ਨੂੰ ਵੀ ਐ ਨਿਭਾਈ ਦੀ ਉਹਦੇ ਕਬੀਲਦਾਰੀ ਓਏ ਸਿੱਖ ਰਿਹਾ ਬੇਬੇ ਇਹਦਾ ਇੱਕ ਵਿਆਹ ਕਰਾਇਆ ਦੂਜਾ ਵਿਆਹ ਕਰਾ ਕੇ ਚੰਗੀ ਤਰ੍ਹਾਂ ਨੌਲੇਜ ਆ ਜੀ ਹੈ ਹੈ ਕੀ ਓ ਯਾਰ ਬੇਬੇ ਚੌੜ ਕਰਦਾ ਜਾਂ ਤੂੰ ਬਾਏ ਚੌੜ ਕਰਦਾ ਨਾਲੇ ਹੋਰ ਦੂਜਾ ਵਿਆਹ ਕਰਾਉਣ ਨੂੰ ਉਹਨੂੰ ਕੀ ਹੋਇਆ ਦੂਜਾ ਵਿਆਹ ਕਰਾਊਗਾ ਇਹ ਮੇਰੇ ਜਿਉਂ ਜਿਉਂ ਤੂੰ ਹੋਰ ਨਾ ਕਿਤੇ ਪੰਗਾ ਲੈ ਬੈਠੀ ਕੋਈ ਨਾ ਤੈਨੂੰ ਮਾਰ ਕੇ ਬਣਾ ਬੇਸ਼ਰਮ ਉਸ ਕਾਲ ਆਇਂ ਕੋ ਸੰਗ ਆਉਂਦੀ ਹੈ ਚਾਹ ਬਣਾ ਬੇਬੇ ਪੁੱਟ ਪੀ ਲਈ ਮੇਰੀ ਬਣਾਈ
ਬੇਬੇ ਅੱਟ ਨੀ ਲੋੜ ਆਉਂਦੀ ਹੈ, ਚੰਗੀ ਬਹੂ ਦੀ ਛੇਤੀ ਬਣੀ ਰਹਿੰਦੀ ਹੈ। ਪਹਿਲਾਂ ਮਤਲਬ ਇਹਦਾ ਗੱਲ ਘੁੱਟਣਾ ਪਊ। ਪੁੱਤ ਕੀ ਗੱਲ ਆ ਗਈ, ਤੂੰ ਮੈਨੂੰ ਗੱਲ ਦੱਸ ਖੁੱਲ੍ਹ ਕੇ, ਕੋਈ ਨਾ ਕੋਈ ਮੈਨੂੰ ਐਂ ਲੱਗਦਾ ਕਰਦਾ। ਨਹੀਂ ਬਾਪੂ ਜੀ, ਗੱਲ ਤਾਂ ਕੋਈ ਨਹੀਂ, ਉਹਨਾਂ ਨੂੰ ਕੰਮ ਬਾਹਲਾ ਰਹਿੰਦਾ ਗਾ, ਤਾਂ ਕਰਕੇ ਫਿਰ ਮੈਂ ਤੁਹਾਨੂੰ ਕਹਿਤਾ ਸੀ ਲੈ ਜਾਓ ਦਵਾਈ ਦਵਾ ਦਿਓ। ਉਹ ਤਾਂ ਮੈਂ ਤੇਰੀ ਗੱਲ ਮੰਨਦਾ ਨਹੀਂ, ਬੰਦਾ ਐਂ ਤਾਂ ਮੈਂ ਕੀ ਚੱਲ ਬਾਪੂ ਜੀ ਕੋਈ ਨਹੀਂ ਲੈ ਜਾਓ, ਅਤੇ ਕੋਈ ਗੱਲ ਨਹੀਂ ਦਵਾਈ ਦਵਾ ਤੋਂ ਛੱਡ ਕੇ ਲੈ ਜਾਓ ਕੋਈ ਨਹੀਂ, ਐਂ ਜੇ ਕਰੀ ਗਏ ਮੈਂ ਸਮਝ ਨਹੀਂ ਆਇਆ। ਨਹੀਂ ਬਾਪੂ ਜੀ, ਇਹੀ ਤਾਂ ਕੋਈ ਗੱਲ ਨਹੀਂ ਗੀ, ਬਸ ਉਹਨਾਂ ਦਾ ਟਾਈਮ ਹੀ ਨਹੀਂ ਲੱਗਦਾ ਘਰੇ ਵੀ ਖੜਨ ਦਾ, ਬਸ ਕੰਮ ਵਾਲੇ ਸੱਦ ਲੈਂਦੇ ਆ ਗੇ, ਬਸ ਕੰਮ ਹੋ ਜਾਂਦਾ ਵਾ। ਨਹੀਂ ਬਾਪੂ ਜੀ, ਇਹੋ ਜਿਹੀ ਤਾਂ ਕੋਈ ਗੱਲ ਨੀ, ਮੈਂ ਤਾਂ ਸਾਥੋਂ ਕੋਈ ਗੱਲ ਹੀ ਨਹੀਂ ਕਹਿੰਦੀ, ਕੋਈ ਗੱਲ ਨਹੀਂ। ਚਲੋ ਤਾਂ ਛੱਡ, ਉਹ ਤਾਂ ਪਹਿਲਾਂ ਵੀ ਦਰਦ ਹੋਣ ਲੱਗ ਗਿਆ ਤਾਂ ਅੱਗੇ ਕਿਤੇ। ਹਾਂ ਬਾਪੂ, ਇੱਕ ਦੋ ਵਾਰ ਹੋਇਆ, ਪਹਿਲਾਂ ਤੇ ਐਤਕੀ ਤਾਂ ਬਾਬਾ ਹੋਣ ਲੱਗ ਗਿਆ ਸੀ। ਪਰ ਟੈਸਟ ਉਸ ਨਹੀਂ ਕਰਾਇਆ ਕੋਈ? ਨਾ ਬਾਪੂ ਜੀ, ਕਰਾਇਆ ਨਹੀਂ ਟੈਸਟ। ਕੋਈ ਗੱਲ ਨਾ ਪੁੱਤ, ਟੈਸਟ ਤੋਂ ਬਿਨਾਂ ਕੀ ਬਣਦਾ, ਟੈਸਟ ਕਰਾਉਣਾ ਜ਼ਰੂਰੀ ਜ਼ਰੂਰੀ ਹੁੰਦਾ ਵਾ। ਹਾਂਜੀ। ਹਾਂ ਤੂੰ ਮੇਰੀ ਧੀ ਆ, ਲੈ ਮੇਰੇ ਕੋਲ ਤਾਂ ਟਾਈਮ ਵੀ ਟਾਈਮ ਦੇ ਰਿਹਾ ਤੈਨੂੰ ਦਵਾਈ ਦਵਾਉਣ ਵਾਸਤੇ, ਜੇ ਕਹਿੰਦੇ ਪਿਓ ਦੀ ਧੀ ਦਵਾਈ ਨਹੀਂ ਦਵਾ ਸਕਦਾ, ਫਿਰ ਕੀ ਫਿਰਦਾ, ਕੰਮਾਂ ਦਾ ਕੀ ਆ, ਕੰਮ ਤਾਂ ਚੱਲਦੇ ਰਹਿੰਦੇ ਆ, ਕੰਮ ਤਾਂ ਛੱਡਣੇ ਪੈਂਦੇ ਨੇ ਪੁੱਤ, ਕੰਮ ਮੁੜ ਕੇ ਕੀ ਆ, ਮੁੜ ਕੇ ਇਕੱਲੇ ਕੰਮ ਹੀ ਰਹਿ ਜਾਣਗੇ ਜੇ ਕੱਲ੍ਹ ਕੋਈ ਗੱਲਬਾਤ ਨਹੀਂ। ਇੱਦਾਂ ਤੂੰ ਸਮਝ ਰਹੀ ਆ? ਹਾਂਜੀ ਬਾਪੂ, ਕੰਮ ਨਾਲ ਜ਼ਰੂਰੀ, ਪਹਿਲਾਂ ਦਵਾਈ ਦਾ ਕੰਮ ਜ਼ਰੂਰੀ ਆ। ਹਾਂਜੀ ਚੱਲ ਕੋਈ ਗੱਲ ਨਹੀਂ ਪੁੱਤ, ਤੂੰ ਐਂ ਕਰ, ਹੁਣ ਪਹਿਲਾਂ ਚਾਹ ਬਣਾ ਲਾ, ਘੁੱਟ ਚਾਹ ਪੀ ਕੇ ਨਾ, ਅਤੇ ਫਿਰ ਆਪਾਂ ਤੈਨੂੰ ਮੈਂ ਪਹਿਲਾਂ ਦਵਾਈ ਦਵਾ ਕੇ ਲਿਆਉਣਾ, ਠੀਕ ਹੈ? ਠੀਕ ਹੈ ਬਾਪੂ ਜੀ। ਹਾਂ ਤੂੰ ਬਣਾ ਚਾਹ ਦੀ ਘੁੱਟ। ਠੀਕ ਹੈ ਬਾਪੂ ਜੀ, ਆ ਬੈਗ ਉੱਥੇ ਤੁਹਾਨੂੰ। ਹਾਂ ਲੈ ਜਾ ਪੁੱਤ, ਉਹਦੇ ਘਰ ਦੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੇਰੇ ਮਨ ਨੂੰ ਸੌਣ ਲੱਗੀ, ਕੋਈ ਨਾ ਕੋਈ ਗੱਲ ਠੀਕ ਹੈ, ਪਤਾ ਲੱਗ ਗਈ ਜੇ ਕੋਈ ਗੱਲਬਾਤ ਹੋਈ ਤਾਂ, ਮੈਂ ਗੱਲਾਂ ਤਾਂ ਨਹੀਂ ਲੁਕੀਆਂ ਰਹਿੰਦੀਆਂ ਅੰਦਰ। ਤੂੰ ਇੱਥੇ ਕਿਵੇਂ ਆ? ਉਹ ਤੂੰ ਕੱਲ ਬੁਲਾਇਆ ਸੀ ਯਾਰ, ਕੱਲ ਮੈਥੋਂ ਆਇਆ ਨਹੀਂ ਗਿਆ, ਤਾਂ ਹੀ ਮੈਂ ਕਿਹਾ ਚੱਲ ਅੱਜ ਜਾਏ ਉਹਨੇ ਹੌਲੀ। ਇਹ ਤਾਂ ਪਹਿਲੀ ਟੁੱਟਣ ਵਾਲਾ, ਮੈਂ ਤਾਂ ਮੰਜਾ ਚੱਜ ਦਾ ਰੱਖ ਲਿਆ ਕਰਕੇ। ਲੈ ਫਿਰ ਇਹ ਬਾਹਰਲਾ ਘਰ ਆ, ਤੈਨੂੰ ਪਤਾ ਤਾਂ ਹੈਗਾ, ਇੱਥੇ ਤਾਂ ਫਿਰ ਇਹੋ ਜਿਹਾ ਮੰਜੇ ਡਾਉਣੇ ਹੁੰਦੇ ਅਸੀਂ। ਕੋਈ ਆਉਂਦਾ ਆਉਂਦਾ ਤਾਂ ਨਹੀਂ ਕੋਈ ਇੱਥੇ ਹੋਰ? ਨਹੀਂ ਆਉਂਦਾ ਤਾਂ ਕੋਈ ਨਹੀਂ ਇੱਥੇ ਹੈਗਾ, ਬੜੀਆਂ ਗਾਵਾਂ ਗੂਵਾਂ ਰੱਖੀ ਬੈਠੇ ਹੁੰਦੇ ਤਾਂ ਹੈ। ਹੋਰ ਫਿਰ ਤਾਂ ਹੀ ਮੈਂ ਕੱਖ ਪਾਉਣ ਦੇ ਬਹਾਨੇ ਆਈ ਸੀ, ਅੱਜ ਨਾਲੇ ਘਰੇ ਹੈ ਨਹੀਂ ਸੀ ਕੋਈ ਆਪਣੀ। ਲੇਵਾ ਲੂਆ ਵੀ ਚੰਗਾ ਖਲਾਈ ਦੇ ਇੱਕ ਅੱਧੀ ਰਾਤ ਨੂੰ, ਦੰਦ ਕੱਢਣ ਤੇਰੇ ਲਈ ਥੋੜੂ ਬੰਨਣਾ ਸੀ। ਹੈ ਤੂੰ ਮੇਰੀ ਗਾਵਾਂ ਵੀ ਮੇਰੀਆਂ, ਬਸ ਕੁਛ ਨਹੀਂ ਹੁੰਦਾ ਹੀ ਲੈ। ਇਹ ਤਾਂ ਗੱਲ ਤੇਰੀ ਠੀਕ ਹੈ, ਮੈਂ ਇਹ ਕਹਿੰਦੀ ਅੱਜ ਜਦੋਂ ਫਿਰ ਆਪਾਂ ਹੋਰ ਲੈ ਲਾਂਗੇ ਇਹੋ ਜੀਆਂ, ਇਹ ਕੀ ਕਰਾਉਣਗਾ ਆਪਾਂ ਹੋਰ ਕੋ ਫ੍ਰੀ ਦੀ ਗਾਂ ਦੇ ਸਿੰਘ ਕਿਨੇ ਦੇਖਿਓ, ਵੱਡੇ ਜਾਂ ਕੁਛ ਨਹੀਂ ਹੁੰਦਾ, ਬੜਾ ਦੂੰ ਆਪੀ ਮੈਂ ਗੱਲਾਂ ਕਰਦੇ ਅਗਲੇ। ਲੈ ਦੰਦ ਗੱਡੀ ਹੈ ਨਹੀਂ, ਹੋਰ ਦੱਸ ਠੀਕ ਠਾਕ ਹੈ? ਠੀਕ ਪਹਿਲਾਂ ਤਾਂ ਮੈਨੂੰ ਆਇਆ ਸੀ ਹੁੰਦੀ ਆ ਵੀ ਤੂੰ ਗਾਈਆਂ ਕੰਨੀ ਨਿਗਾਹ ਮਾਰ ਲਈਆਂ ਆ ਕੇ ਪਹਿਲੀ ਗਾਈਆਂ, ਫਿਰ ਆਇਆ ਸਪੇਰੇ ਬੰਦੇ ਤਾਂ ਹੀ ਹੁੰਦੇ ਆ ਡੰਗ ਮਾਰਨ ਦੀ, ਦੇਖ ਲਈ ਕਿੱਥੇ ਹੋ ਗਾਣ ਅਸਿਆ ਪਾਲਦੀ ਰਹਿੰਦੇ ਸ਼ਿਕਾਰ ਇਸ ਤਾਂ। ਠੀਕ ਆ, ਉਹ ਇਹਦਾ ਚੰਗੀ ਨਸਲ ਦੀਆਂ ਹਨਾ ਦੋਨੇ। ਹਾਂ ਇਹ ਤਾਂ ਹੈ, ਸੁੱਖ ਨਾਲ ਦੁੱਧ ਬਥੇਰਾ ਹੈ ਨਾ ਥੱਲੇ, ਵਧੀਆ ਗਈਆਂ ਠੰਡੀਆਂ ਸੀ ਲੱਗ। ਦੁੱਧ ਦਾ ਕੀ ਆ, ਜਾਂਦੀਆਂ ਜਾਂਦੀਆਂ ਵੇਚ ਦਾਂਗੇ ਆਪਾਂ ਕੀ ਦੁੱਧ ਪੀਣਾ। ਹਾਂ ਤੇ ਸੱਚ ਮੈਨੂੰ ਐਂ ਦੱਸ, ਚੱਲ ਤੇ ਮੈਡਮ ਕੀ ਕਹਿੰਦੀ ਹੈ ਫਿਰ ਹੁਣ?
ਮੈਡਮ ਤਾਂ ਕੇਰਾਂ ਦਾ ਤੋਰਤੀ ਪੇਕੇ ਅੱਛਾ ਲੇਲੇ ਪੇਪੇ ਜੇ ਕਰਕੇ ਗੱਲਾਂ ਗੱਲਾਂ ਚ ਉਹਦੇ ਬਾਪੂ ਨੂੰ ਮੈਂ ਕਹਿ ਤਾਂ ਬਹੁਤ ਧਾਰੀ ਦਿੱਤਾ ਵੀ ਉੱਥੇ ਰੱਖ ਲਿਓ ਸਾਲ 6 ਮਹੀਨੇ ਤੋਰੇ ਹੋਣਾ ਸਮਝਣ ਵਾਲਾ ਹੋਇਆ ਤਾਂ ਸਮਝ ਜੂਗਾ ਹਾਂ ਇਹੀ ਗੱਲ ਤਾਂ ਹੈ ਸਹੀ ਆ ਤੇ ਤੂੰ ਦੱਸ ਤੂੰ ਕੀ ਕਹਿਣੀ ਆ ਹੁਣ ਮੈਂ ਤਾਂ ਕੀ ਕਹਿਣੀ ਬਸ ਉਧਰੋਂ ਨਿਬੇੜ ਲੈ ਫਿਰ ਤਾਂ ਮੈਂ ਤੇਰੇ ਨਾਲ ਵਾਪਸ ਚੱਲੂੰਗੀ ਮੈਂ ਤੇਰੇ ਨਾਲ ਬਾਗ ਚੱਲੂੰਗੀ ਬਸ ਤੇਰੇ ਨਾਲ ਨਿਬੜੂ ਫੇਰ ਹੀ ਜਾਏਂਗੀ ਹੁਣ ਐਂ ਬਾਗ ਮੇਰੇ ਨਾਲ ਤਾਂ ਨਿਬੜੇ ਪਿਆ ਗਾ ਬਸ ਨਹੀਂ ਉਂ ਕਿਤੇ ਗਲ ਘੋਟ ਦੇ ਉੱਤੇ ਬਹਿ ਜਾ ਤੂੰ ਕਿਹੜਾ ਛੱਡਣਾ ਉਹਨੂੰ ਮੱਝ ਅਰਗੀ ਤਾਂ ਹੈਗੀ ਆ ਅੱਛਾ ਦੰਦ ਨਾ ਵਾਲੇ ਕੱਢਿਆ ਕਰ ਚਾਹ ਚੂ ਨਹੀਂ ਬਣਾ ਕੇ ਲਈ ਮੇਰੇ ਵਾਸਤੇ ਚਾਹ ਹੁਣ ਜੇ ਤੂੰ ਮੈਨੂੰ ਦੱਸਿਆ ਹੁੰਦਾ ਪਹਿਲਾਂ ਫਿਰ ਤਾਂ ਮੈਂ ਬਣਾ ਲਿਆਉਂਦੀ ਮੈਨੂੰ ਕੀ ਪਤਾ ਸਵਾਈ ਜਾਂ ਕੇ ਖੜ ਜਾਏਗਾ ਚਾਹ ਚੱਕ ਅੱਛਾ ਹੂੰ ਕੱਕ ਪੂਰੇ ਪਾਉਣੀ ਆ ਹੈ ਹੋਰ ਕੌਣ ਪਾਉਂਦਾ ਕੱਖ ਤਾਂ ਮੈਂ ਹੀ ਪਾਉਣੀ ਆ ਜਦੋਂ ਇੱਧਰ ਕੱਖ ਪਾਉਣੀ ਆਈ ਆ ਹੋਰ ਦੱਸ ਕੀ ਕਰਨ ਆਈ ਆ ਦੇਖੀ ਕਿਤੇ ਅੱਧ ਵਿਚਾਲੇ ਨਾ ਡੋਬਦੀ ਮੈਨੂੰ ਕਿਤੇ ਮੈਂ ਉਧਰੋਂ ਵੀ ਹੱਥ ਹੱਥ ਖਜਾ ਕੇ ਬਹਿ ਜਾ ਕਿਤੇ ਤੂੰ ਨੇ ਤੂੰ ਨਾ ਮੁੜ ਕੇ ਬਾਹ ਫੜਾਵੇਂ ਮੈਨੂੰ ਨਹੀਂ ਨਹੀਂ ਆ ਛੋੜੋ ਕਰੂੰਗੀ ਤਾਂ ਮੈਂ ਕਾਹੇ ਜੋਗਾ ਨਹੀਂ ਰਹਿਣਾ ਮੇਰੀ ਬੇਬੇ ਵਾਲੀਆਂ ਟੁੱਕੀਆਂ ਅੱਛਾ ਉਡਾਉਂਦੀ ਆ ਜੇ ਤੈਨੂੰ ਯਕੀਨ ਨਹੀਂ ਫਿਰ ਮੇਰੇ ਤੇ ਤੂੰ ਅਸੇ ਨੂੰ ਰੱਖ ਲੈਣ ਉਹ ਯਕੀਨ ਤਾਂ ਹੈਗਾ ਤਾਂ ਕਿ ਇੱਥੇ ਆ ਕੇ ਬਹਿ ਗਿਆ ਨਹੀਂ ਕਿਹੜਾ ਬਗਾਨੇ ਪਿੰਡ ਚ ਆ ਕੇ ਬਗਾਨੇ ਘਰੇ ਵੜਦਾ ਸਹੀ ਗੱਲ ਹੈ ਇਹ ਵੀ ਗੱਲ ਤੇਰੀ ਸਹੀ ਆ ਉਹਨਾਂ ਟੋਕਰੇ ਚ ਪਾਉਣ ਦਾ ਵੱਢ ਕੇ ਇੱਧਰ ਤੇ ਯਕੀਨ ਆ ਤਾਂ ਹੀ ਆਉਣਾ ਹੋਰ ਫਿਰ ਹੁਣ ਐ ਤਾਂ ਹੈ ਮੈਨੂੰ ਬੇਬੇ ਜੀ ਤੇ ਨਹੀਂ ਯਕੀਨ ਯਾਰ ਮੇਰੀ ਬੇਬੇ ਨਾ ਥੋੜੀ ਹੋਰ ਲੋਟ ਹੋਈ ਪਈ ਆ ਕੀ ਕਹਿੰਦੀ ਆ ਉਹ ਨਾ ਮੋਝਾ ਬੜਾ ਪਾਈ ਬੈਠੀ ਉਹਦੇ ਨਾਲ ਅੱਛਾ ਤਾਂ ਹੀ ਗੱਲ ਕਰਦੇ ਮੈਨੂੰ ਲੜਦੀ ਰਹਿੰਦੀ ਆ ਹੁਣ ਬੇ ਹਰੇਕ ਦਿਨ ਸੱਸਾਂ ਆਉਂਦੀਆਂ ਬਗਾਨੀ ਨੂੰ ਕਿੱਥੋਂ ਝਾਲਦੀਆਂ ਤੈਨੂੰ ਉਹ ਪਤਾ ਹੀ ਨਹੀਂ ਆ ਯਾਰ ਉਵੇਂ ਨਹੀਂ ਉਹਦਾ ਮੂੰਹ ਕਬਾਲਾ ਕਰਦੀ ਆ ਮੈਨੂੰ ਘੱਟ ਬੁਲਾਉਂਦੀ ਆ ਉਹ ਮੇਰੀ ਅੱਛਾ ਮਾਂ ਹੋਰ ਹੁਣ ਚੱਲ ਕੋਈ ਨਾ ਆਪੇ ਹੀ ਹੁਣ ਮੈਨੂੰ ਕਹੀ ਜਾਂਦੀ ਸੀ ਕਹਿੰਦੀ ਤੂੰ ਨਹੀਂ ਦਵਾਈ ਦਵਾ ਸਕਦਾ ਸੀ ਐ ਨਹੀਂ ਕਰ ਸਕਦਾ ਸੀ ਕੱਲ ਦੀ ਮੈਨੂੰ ਤੂੰ ਨਹੀਂ ਆਂਦੀ ਸੀ ਅੱਛਾ ਬਾਬਾ ਲੜੀ ਫਿਰ ਤੇਰੇ ਨਾਲ ਤੇ ਹੋਰ ਹੁਣ ਲੈ ਫਿਰ ਹੁਣ ਹੋਰ ਕੀ ਆ ਚੱਲ ਠੀਕ ਆ ਚੱਲਦਾ ਫਿਰ ਮੈਂ ਉਹ ਗਾਵਾਂ ਹੀ ਤੜਾਈ ਜਾਂਦੀਆਂ ਦੁੱਧ ਗੋਹਾ ਗੋਹਾ ਵੀ ਚੱਕਦਾ ਕਰੋ ਕਿ ਥੱਲੀ ਬਸ ਬੜਾਈ ਜਾਣਾ ਇਹਨਾਂ ਤੋਂ ਚੱਕਦੀਆਂ ਬਸ ਤਾਂ ਹੀ ਹੁਣ ਇੱਧਰ ਊਂ ਤਾਂ ਤੈਨੂੰ ਪਤਾ ਹੀ ਉਧਰਲੇ ਘਰੇ ਰਹਿੰਦੇ ਆ ਕੱਖ ਪਾਉਣੀ ਆਈ ਸੀ ਇੱਧਰ ਮੈਂ ਬਾਜੀ ਵਧ ਗਏ ਤਲਾਕ ਜਾ ਲਾਵੇਂ ਹਨਾ ਅੱਧਾ ਹਿੱਸਾ ਇਹ ਤਾਂ ਉਧਰਾ ਹਨਾ ਬਸ ਇਹ ਹਿੱਸਾ ਵੀ ਲੈਂਗਾ ਹੈ ਹੁਣ ਉਹ ਹਿੱਸਾ ਤਾਂ ਹੁਣ ਲਾਉਂਗਾ ਹੀ ਜੋ ਤੈਨੂੰ ਲੈ ਕੇ ਜਾਊਂਗਾ ਹਿੱਸਾ ਮੈਂ ਛੱਡੂਂਗਾ ਹੁਣ ਇੱਥੇ ਲੈ ਨਾਲੇ ਤਾਂ ਤੂੰ ਅਗਲੇ ਦੇ ਘਰ ਵਾਲੀ ਲੈ ਕੇ ਜਾਏਂਗਾ ਤੇ ਨਾਲੇ ਤੂੰ ਹਿੱਸਾ ਭਾਲਦਾ ਤੂੰ ਬਾਲਾ ਨਹੀਂ ਸਿਆਣਾ ਹੈਗਾਗਾ ਸਿਆਣਾ ਤਾਂ ਫਿਰ ਮੈਂ ਹੀ ਸਿਆਣਾ ਹੈਗਾ ਗਾਹਾਂ ਦੇ ਤੂੰ ਜਲਦੀ ਜਲਦੀ ਕੋਈ ਪਲਾਨ ਬਣਾਉ ਹੁਣ ਮੈਂ ਇੱਥੋਂ ਨਹੀਂ ਰਿਹਾ ਜਾਂਦਾ ਬਹੁਤ ਟਾਈਮ ਹੋ ਗਿਆ ਯਾਰ ਹੁਣ ਮੈਂ ਉਹਨੂੰ ਵੀ ਡੱਕਰ ਤਾਂ ਹੁਣ ਤਾਂ ਉਦੋਂ ਵੀ ਔਖਾ ਹੋਇਆ ਪਿਆ ਕੰਮ ਕੋਈ ਨਾ ਬਣਾਉਣੇ ਪਲਾਨ ਬਾਬੀ ਬਾਈ ਕਰਿਆ ਬਰਬਾਦ ਆ ਕੰਮ ਆ ਜਾ ਨੰਗਿਆ ਬਾਈ ਸਤਿ ਸ਼੍ਰੀ ਅਕਾਲ ਬਾਬੀ ਸਤਿ ਸ਼੍ਰੀ ਅਕਾਲ ਬਾਈ ਨਹੀਂ ਗਿਆ ਨਹੀਂ ਉਹ ਤਾਂ ਖੇਤ ਨੂੰ ਗਏ ਵੇ ਆ ਗਏ ਤੁਸੀਂ ਕੋਈ ਕੰਮ ਆਏ ਸੀ ਹਾਂ ਮੈਂ ਟਰੈਕਟਰ ਲੈ ਕੇ ਆਉਣਾ ਸੀਗਾ ਉਹ ਤਾਂ ਖੇਤ ਨੂੰ ਗਿਆ ਵਾ ਟਰੈਕਟਰ ਤਾਂ ਤੇ ਕਿੰਨੇ ਕੁ ਟਾਈਮ ਤੱਕ ਆਊਗਾ ਉਹ ਲੱਗ ਜੂ ਅਜੇ ਘੰਟਾ 2 ਘੰਟੇ ਤਾਂ ਉਹਨਾਂ ਨੂੰ ਤੈਨੂੰ ਪਤਾ ਫਿਰ ਕਣਕ ਬੀਜਣ ਗਏ ਵੇ ਆ ਨਾ ਅੱਛਾ ਹੂੰ ਠੀਕ ਆ ਹੋਰ ਘਰੇ ਠੀਕ ਆ ਸਾਰੇ ਹਾਂ ਵਧੀਆ ਹੁਣ ਸਾਰੇ ਠੀਕ ਆ ਹੋਰ ਤੇ ਫਿਰ ਟਾਈਮ ਲੱਗੂ ਅਜੇ ਹਾਂ ਹਾਂ ਘੰਟਾ 2 ਘੰਟੇ ਤਾਂ ਉਹਨਾਂ ਨੂੰ ਆਰਾਮ ਨਾਲ ਲੱਗ ਜਾਣਗੇ ਤਾਂ ਹੀ ਤਾਂ ਅੱਜ ਮੈਂ ਕੱਖ ਪਾਉਣ ਆਈ ਇੱਧਰ ਬਾਹਰਲੇ ਘਰੇ ਠੀਕ ਆ ਹੂੰ ਫਿਰ ਘਰੇ ਕੋਈ ਹੈ ਨਹੀਂ ਸੀ ਨਾ ਤਾਂ ਕਰਕੇ ਫਿਰ ਮੈਨੂੰ ਆਉਣਾ ਪਿਆ ਚੰਗਾ ਚੱਲ ਠੀਕ ਆ ਭਾਬੀ ਫਿਰ ਠੀਕ ਬਾਈ ਜੋ ਆ ਗਿਆ ਆਦਮੀ ਠੀਕ ਆ ਚੰਗਾ ਚੰਗਾ ਸ਼ੁਕਰ ਵਾਕਿਆ ਮੇਰੀ ਗੱਲ ਸੁਣ ਪਿਓ ਲੈ ਗਈ ਸੀ ਦਵਾਈ ਹਨਾ ਪਤਾ ਹੀ ਆ ਤੈਨੂੰ ਤੂੰ ਜਾ ਕੇ ਪਤਾ ਲੈ ਆ ਕਿਹਦਾ ਲੈ ਕੇ ਕਿਹਦਾ ਵੀਰਪਾਲ ਦਾ ਹੋਰ ਕਿਹਦਾ ਬੇਬੇ ਮੈਨੂੰ ਤੂੰ ਆਪ ਹੀ ਖੂਹ ਦੀ ਉਹ ਕੰਧੀ ਤੇ ਖੜਾ ਕੇ ਕਿਉਂ ਪਿੱਛੋਂ ਐ ਧੱਕਾ ਦੇਈ ਜਾਨੀ ਆ ਕਿਉਂ ਕੀ ਹੋਗਾ ਮਹਾਂ ਦਾ ਮਾਂ ਬੇਬੇ ਤੋਂ ਖੜਾ ਛਡਾਈ ਜਾਂਦਾ ਗਾ ਮੈਨੂੰ ਐ ਵਧੀਆ ਉਹ ਮੈਨੂੰ ਤਲਾਕ ਤਲੂਕ ਦੇਵੇ
ਲੱਤਾਂ 'ਚ ਤਾਂ ਰਹਿ ਜਾਂਦੀ ਆ ਮੇਰੇ ਬੇਬੇ, ਖੁੱਚਾਂ ਤੱਕ ਆਉਂਦੀ ਆ ਮਸਲ। ਉਹਦੇ ਨਾਲ ਉਹਦੇ ਤੇਰੀ ਅੱਖਾਂ ਫੁੱਟੀਆਂ ਸੀ, ਹੁਣ ਐ ਬੋਲਦਾ ਉਹਦੇ ਕਿਵੇਂ ਬਹਿ ਵਿੱਚ ਗਿਆ ਜੋ ਸਗ ਨੂੰ ਆਇਆ? ਜਦੋਂ ਬੇਬੇ ਫਿਰ ਹੁਣ ਤੂੰ ਸਾਰੇ ਰਿਸ਼ਤੇਦਾਰ ਜ਼ੋਰ ਪਾਉਣ ਲੱਗੇ ਮੈਨੂੰ ਹਾਂ ਕਰਨੀ ਪਈ, ਜ਼ੋਰ ਪਾਉਣ ਲੱਗ ਗਏ। ਪਰ ਤੂੰ ਹੁਣ ਸਾਰੀ ਉਮਰ ਤਾਂ ਤੈਂ ਕੱਢਣੀ, ਤੂੰ ਕਹਿੰਦਾ ਵੀ ਮੈਂ ਤਾਂ ਮੇਰਾ ਮੇਲ ਆ ਗਿਆ, ਸਾਰੇ ਉਹਦੇ ਤੈਨੂੰ ਕਹਿੰਦੇ ਵੀ ਹਾਂ ਠੀਕ ਆ ਭਾਈ ਮੁੰਡੇ ਦੀ ਗੱਲ, ਤੂੰ ਕਹਿੰਦਾ ਵੀ ਫਿਰ ਹੁਣ ਮੈਂ ਕਹੀ ਜਾਂਦਾ ਬੇਬੇ ਕੋਈ ਜਵਾਬ ਨਹੀਂ ਚੱਲਣਾ ਨਹੀਂ, ਹੁਣ ਕਹੀ ਜਾਂਦਾ। ਹੋਰ ਜੇ ਜਵਾਕ ਹੋਗਾ ਮੁੜ ਕੇ ਫੇਰ ਉਹ ਅੱਧਾ ਹਿੱਸਾ ਪਾੜੂ ਕਿੱਥੇ, ਫਿਰ ਉਹਨੂੰ ਕਿਹੜਾ ਦੇ ਜੂ ਹਿੱਸੇ? ਮਾੜੀ ਮੋਟੀ ਵੀ ਨਹੀਂ ਹੈਗੀ ਤੈਨੂੰ ਗਾਂ ਲਿਆਵਾਂਗੇ ਬੇਬੇ ਨਵੀਂ, ਤਾਂ ਨਾਲੀ ਗੱਲ ਹੀ ਤੇਰੇ ਤਾਂ ਗਾਂ ਲਿਆਵਾਂਗੇ ਬੇਬੇ ਨਵੀਂ, ਕੀ ਗਾਂ ਲਿਆਵਾਂਗੇ ਨਵੀਂ ਬਈ, ਗਾਂ ਤਾਂ ਲਿਆ ਤੁਮਾਂ ਦੀ ਚੰਗਾ, ਉਹਨੂੰ ਤਕੜੀ ਕਰ ਦਾਂਗੇ, ਬਿਮਾਰ ਹੋ ਕੇ ਜਮਾ ਕਮਜ਼ੋਰ ਹੋ ਗਈ ਉਹ ਬੇਬੇ। ਉਦੋਂ ਕੀ ਕਰਾਉਣਾ ਤੂੰ, ਕਿਉਂ ਤੇਰੇ ਦਿਮਾਗ 'ਚ ਮੈਨੂੰ ਤੂੜੀ ਤੜੀ ਭਰ ਗਈ, ਤੇਰਾ ਆਪਰੇਸ਼ਨ ਕਰਨਾ ਪਊ ਦਿਮਾਗ ਕਰਨਾ ਪਊ ਆਪਰੇਸ਼ਨ, ਹੋਰ ਕਿਉਂ ਗੁੱਡੀਆਂ ਦਾ ਫੇਰ ਨਹੀਂ, ਉਹਨੂੰ ਛੱਡ ਦਾਂਗੇ ਹੁਣ ਆਪਾਂ, ਉਹ ਛੱਡਣੀ ਪਊ ਵਾ ਛੱਡੀ ਪਊ ਓਹੋ ਵਾ। ਹੁਣ ਤਾਂ ਕਹੀ ਹੈ ਨਾ ਕਹਿ ਨਾ ਦੁਬਾਰੇ ਨਾ ਕਹਿਦੀ ਨਾ, ਮੇਰੀ ਮੇਰਾ ਪਲੇਸ ਉਹਦੀ ਤੇਰੇ ਨਾਲ, ਛੱਡਦੀ ਬੇਬੇ ਮੈਂ ਉਹ, ਮੈਂ ਦੁਬਾਰੇ ਆਏ ਕਿਵੇਂ ਛੱਡਦੀ, ਤੂੰ ਛੱਡਦੀ ਮੈਂ ਤਾਂ ਲੈ ਆਉਂ ਫਿਰ, ਤੂੰ ਕਿਵੇਂ ਲੈ ਆਈ ਮੈਂ ਤਬਾਹ ਹੋ ਗਿਆ, ਇਹਦੇ ਕੰਧਾਂ ਕੋਲ ਪਾ ਦੇਂਗੀ ਉਹਨੂੰ ਫਿਰ, ਹਾਂ ਜੋ ਮੈਂ ਬੁਲਾਉਂਦਾ ਨਹੀਂ ਫਿਰ ਉਹਨੂੰ ਬੁਲਾਉਂਦਾ ਨਹੀਂ ਮੈਂ ਬੇਬੇ, ਤੂੰ ਦੁਬਾਰੇ ਛਾਪਾ ਨਾ ਖੜਾ ਕਰ ਦੇਂਗੀ ਕੋਈ, ਮੈਂ ਤੈਨੂੰ ਬੰਦਿਆਂ ਨੂੰ ਕਹੀ ਜਾਂਦਾ ਬਸ, ਇਹ ਗੱਲਾਂ ਨਾ ਚੰਗੀਆਂ ਨਹੀਂ ਜਿਹੜੇ ਤੂੰ ਕਰੀ ਜਾਂਦਾ ਪੁੱਤ। ਉਹ ਬੇਬੇ ਚੰਗੀਆਂ ਹੀ ਹੁੰਦੀਆਂ ਗਾ ਜਦੋਂ ਬੰਦੇ ਦੀ ਨਿਯਤੀ ਨਾ ਹੋਵੇ ਜਿਹੜੇ ਬੰਦੇ ਨਾਲ, ਉਹਨੂੰ ਫਿਰ ਹੁਣ ਮੈਂ ਰੱਖੀ ਦਾ ਕੀ ਫਾਇਦਾ, ਜੋ ਮੈਨੂੰ ਬੁਲਾਉਂਦਾ ਨਹੀਂ ਚਲਾਉਂਦਾ ਨਹੀਂ ਫਿਰ, ਉਹ ਬੈਠੀ ਦਾ ਕੀ ਫਾਇਦਾ, ਸੁਭਾਅ ਦਾ ਇੰਨਾ ਨਰਮ ਹੈ ਕੋਈ ਅੰਤ ਨਹੀਂ, ਕੋਈ ਨਹੀਂ ਬੈਠੀ ਰੋਟੀਆਂ ਦਿੰਦੀ, ਮੈਂ ਤੇ ਮੈਨੂੰ ਪਹਿਲਾਂ ਰੋਟੀ ਦੇ ਲਈ ਬਣਾ ਕੇ, ਉਹ ਕੋਈ ਨਾ ਤੈਨੂੰ ਮੈਂ ਪੂਰੀ ਸਿਰਾ ਲਿਆ ਕੇ ਦੂੰਗਾ ਨੂੰ, ਜਿਹੜੀ ਤੇਰੇ ਬੈਠੀ ਰੋਟੀਆਂ ਹੈ ਤੱਤੀ ਤੱਤੀ ਖਵਾਇਆ ਕਰੂਗੀ, ਚੰਗਾ ਕਿ ਉਹ ਪਾ ਕੇ ਦਿਆ ਕਰ ਤੈਨੂੰ ਨਾਲ ਨਾਲ ਗਾਂ, ਕਿਉਂ ਨਾ ਗਾਂ ਗਿਫਟ ਆ ਲੈ ਕਿਤੇ ਜ਼ਹਿਰ ਨਾ ਪਾ ਕੇ ਦੇ ਦੇ ਕੁਝ ਮੈਨੂੰ ਨਾਲ ਗਾਂ ਉਹਦੇ ਤੇ ਅਮਰੀਕਨ ਗਿਫਟ, 4000 ਰੁਪਏ ਦੀ ਆਪਾਂ ਨੂੰ ਫ੍ਰੀ ਚ ਆਊਗੀ ਗਾਂ, ਇੱਥੇ ਗੋਹਾ ਮੂੰਹ ਤੇ ਚੱਕ ਜੋ ਮੈਨੂੰ ਆਉਂਦੀ ਅੱਖ ਦੇ ਨਾ ਦੀਦਾ, ਤੋਂ ਆਪਾਂ ਤਾਂ ਮੁੱਲ ਦਾ ਪੀਨੇ, ਮੁੱਲ ਦੇ ਹੀ ਮੰਗਾ ਲਾਂਗੇ, ਮੈਂ ਤਾਂ ਦੁੱਧ ਬਿਸ਼ੱਕ ਵਧਾ ਲਈ, ਮੇਰੀ ਪੈਨਸ਼ਨ ਆਉਂਦੀ ਹੈ ਤੂੰ ਕੰਮ ਕਰਦਾ, ਬੇਬੇ ਤੂੰ ਕਿਉਂ ਉਹੀ ਗੱਲਾਂ ਜਿਹੀਆਂ ਕਰੀ ਉਹ ਦੁੱਧ ਤੇ ਪੈਸੇ ਮੈਂ ਆਪ ਹੀ ਦੇ ਦਾਂਗਾ, ਚੱਲ ਚੰਗਾ ਤੂੰ ਦੁੱਧ ਦੀਆਂ ਗੱਲਾਂ ਛੱਡ, ਜਿਹੜੀ ਮੈਂ ਤੈਨੂੰ ਮੁੱਦੇ ਦੀ ਗੱਲ ਕਹਿਣਾ ਨਾ, ਮੈਨੂੰ ਤਲਾਕ ਦਵਾ ਦੇ ਬੇਬੇ ਬਣ ਕੇ, ਜੇ ਤੂੰ ਮੇਰੀ ਮੇਰੀ ਤੂੰ ਮਾਂ ਗਈ ਹਨਾ, ਜੇ ਤੂੰ ਮੇਰਾ ਮਾੜਾ ਮੋਟਾ ਵੀ ਕਿਤੇ ਪਿਆਰ ਕੀਤਾ 50-25-30 ਸਾਲਾਂ ਦੇ ਵਿੱਚ, ਬਸ ਮੈਨੂੰ ਤਲਾਕ ਦਵਾ ਦੇ, ਮੈਂ ਉਹ ਰੱਖਣੀ ਨਹੀਂ, ਮੇਰੀ ਗੱਲ ਸੁਣ ਲੈ, ਸਾਡੀ ਨਿਭਣੀ ਨਹੀਂ ਹੁਣ ਬੇਬੇ, ਅੱਜ ਤਲਾਕ ਨੂੰ ਕਹਾ ਤੈਨੂੰ ਹਾਂ ਤੇ ਨਾ ਪਰਸੋਂ ਨਾ ਅੱਜ ਨਾ ਸਵੇਰੇ, ਚੱਲ ਮੈਂ ਆਪੇ ਲੈ ਲੂੰਗਾ ਫਿਰ, ਠੀਕ ਆ ਗੱਲ ਸੁਣ, ਤੂੰ ਨਹੀਂ ਲੈਣੀ ਨਾ ਲੈ ਕੋਈ ਨਹੀਂ, 2-4 ਮਹੀਨਿਆਂ ਦਾ ਹੀ ਫਿਰ ਦੇਖਾਂਗੇ ਆਪਾਂ, ਪਰ ਤਲਾਕ ਦੀ ਗੱਲ ਨਾ ਕਰਾਂਗੇ, ਠੀਕ ਹੈ? ਉਹ ਬੇਬੇ ਐ ਫਿਰ ਹੁਣ ਮੈਂ ਤਲਾਕ ਦੇਣੇ ਮਾਰਨ ਦਾ ਭੇਜੀ ਹੋਰ ਮੇਰੇ ਵੀ ਮੈਂ ਦਿਮਾਗ ਤੇ ਲੋੜ ਆ ਮੇਰਾ ਵੀ, ਮੈਂ ਉਹਨੂੰ ਤੋਰਿਆ ਗਾ, ਮੈਂ ਆਪ ਹੀ ਦਵਾਈ ਦਵਾ ਲਿਆ, ਤੇਰਾ ਦਿਮਾਗ ਤੇ ਲੋੜ ਨਹੀਂ, ਤੇਰਾ ਦਿਮਾਗ ਤਾਂ ਹੱਲ ਗਿਆ, ਤੇਰਾ ਹਿੱਲਿਆ ਹੋਊ ਬੇਬੇ ਫਿਰ, ਮੇਰਾ ਕੋਈ ਨਹੀਂ ਹਿੱਲਿਆ, ਮੇਰਾ ਤਾਂ ਤੇਰਾ ਹੈ ਹੀ ਹਿੱਲਿਆ ਵੀ, ਇਹਦਾ ਪਹਿਲਾਂ ਤਾਂ ਇਹਦਾ ਬਾਪੂ ਮਰ ਗਿਆ ਵਿਚਾਰਾ, ਟਾਈਮ ਨਾਲ ਇਹਦੀ ਉਮਰ ਸੀ ਮਰਨਾ ਜੀ, ਮੈਂ ਮਾਰਤਾ ਫਿਰ ਉਹ, ਤੇ ਹੋਰ ਹੁਣ ਕਿਤੇ ਉਹਨੂੰ ਕਹਿੰਦੀ ਆਹ ਕਰਦੇ ਆਹ ਕਰਦੇ ਸਾਰਾ ਦਿਨ, ਉਹ ਵਿਚਾਰਾ ਅੱਕਿਆ ਵੀ ਮਰ ਗਿਆ, ਦੁਨੀਆ ਕਰਦੇ ਕੰਮ, ਕੰਮ ਹੀ ਕਹਿੰਦੀ ਹੋਰ ਤਾਂ ਨੀ ਕੁਛ ਕਹਿੰਦੀ, ਗੋਲੀ ਤਾਂ ਨੀ ਮਾਰਦੀ, ਉਹ ਤਾਂ ਇਹ ਗੱਲਾਂ ਡਰਦਾ ਤਾਂ ਮੈਂ ਬੇਬੇ, ਉਹਦੇ ਨਾਲ ਨੀ ਰਹਿੰਦਾ, ਉਹ ਵੀ ਐਂ ਸਾਰਾ ਦਿਨ ਖੱਲ ਖਾਈ ਜਾਂਦੀ ਰਹਿੰਦੀ ਆ ਮੇਰੀ, ਮੈਂ ਤਾਂ ਕਦੇ ਬਹੁਤ ਦਿਨ ਦੇਖੀ ਹੈ, ਉਹੀ ਮਰ ਜਾਂਦਾ ਉਹ ਕੱਪ ਮਰ ਜਾਂਦਾ ਦੇਖ ਨੀ, ਕੋਈ ਗੱਲ ਵਿੱਚ ਹੋਰ ਨਾ ਹੋਵੇ ਤੂੰ ਵਿਗੜਿਆ ਲੱਗਦਾ ਮੈਨੂੰ, ਬੇਬੇ ਗੱਲਬਾਤ ਕੋਈ ਨੀ ਗੀ ਵਿੱਚੋਂ ਹੋਰ, ਬਸ ਤੈਨੂੰ ਮੈਂ ਦੱਸਤੀ ਗੱਲ, ਮੇਰੀ ਪੱਥਰ ਤੇ ਲਕੀਰਾ ਮੈਂ ਉਹ ਨਹੀਂ ਲਿਆਉਣੀ, ਮੈਂ ਨਾ ਹੀ ਉਹਨੂੰ ਅੱਜ ਰੱਖਾਂ ਨਾ ਰੱਖਾਂ ਕੱਲ, ਉਹਦੇ ਪਿਓ ਜੀ ਨੂੰ ਸਿੱਧਾ ਫੋਨ ਲਾ ਕੇ ਕਹਿ ਦੇ ਵੀ ਇੱਥੇ ਉੱਥੇ ਨਾ ਤੁਰੇ, ਆਪ ਜੀ ਨੂੰ ਬਹਿ ਲੈ ਇੱਥੇ ਬਹਿਣਾ, ਉਹਦੇ ਫੋਨ ਆਇਆ ਸੀਗਾ ਮੈਨੂੰ, ਉਹਦਾ ਫੋਨ ਆਇਆ ਸੀ ਵੀਰਪਾਲ ਦਾ, ਕੀ ਕਹਿੰਦੀ ਮਾਂ ਰਵੀ ਆਉਂਦਾ ਹੈ, ਤਾਂ ਰਵੀ ਉਹ ਧਾਰ ਕਢਾਉਣੀ ਹੁਣ, ਉਹ ਕਹਿੰਦੀ ਮੈਂ ਦਵਾਈ ਤਾਂ ਲੈ ਰਹੀ ਭਾਪੇ ਨੇ ਦਵਾ ਦਿੱਤੀ, ਹਾਂ ਵੀ ਹੁਣ ਮੈਂ ਆ ਜੂਗੀ ਇੱਥੇ, ਵਾਹ ਕੋਈ ਨਾ ਉਹਨੂੰ ਕਹਿ ਰੋਟੀ ਪਾਣੀ ਇੱਥੇ ਲਾ ਖਾ ਤੂੰ ਇੱਥੇ ਰਹਿ ਬਸ, ਹੁਣ ਆਪਦਾ ਵਿਆਹ ਵੀ ਕਿਤੇ ਹੋਰ ਦੇਖ ਕੇ ਕਰਾ ਲਾ, ਜਿਹੜਾ ਉਹਨਾਂ ਨੇ ਵਿਆਹ ਤੇ ਖਰਚਾ ਕਰਿਆ 2-4 ਲੱਖ ਰੁਪਇਆ ਉਹ ਦੇ ਕੇ ਪਰੇ ਮੱਥੇ ਮਾਰਾਂਗੇ ਬਸ, ਮੈਂ ਤਾਂ ਕੋਈ ਨੀ ਕਹਿੰਦੀ ਤੂੰ ਕਹਿਦੀ ਜਿੱਦਾਂ ਮੈਂ ਇੱਥੋਂ ਤੱਕ, ਮੈਨੂੰ ਤਾਂ ਉਹੀ ਔਖਾ ਕਹਿਣਾ, ਕੱਲ ਨੂੰ ਆਪਾਂ ਅੱਜ ਬਗਾਲੀ ਤੀ ਨੂੰ ਆਪਾਂ ਕਹਿੰਦੇ ਕੱਲ ਨੂੰ ਮੇਰੀ ਨੂੰ ਵੀ ਕਹੂ, ਅਗਲਾ ਅਗਲਾ ਉਹਦੀ ਬਿੜੀਆਂ ਲਾਉਣ ਦੇ ਪ੍ਰਾਹੁਣੇ ਪਤਾ ਕਹਿ ਜਾਂਦੇ,
ਅਗਲਾ ਕਹਿੰਦਾ ਤੁਹਾਡੀ ਵਿਆਹ ਬੈਠੀ ਉਹ ਆਪਣਾ ਪ੍ਰਾਹੁਣਾ ਦਾ ਡਰਦਾ ਮੇਰੇ ਤੋਂ ਚੱਲਦਾ ਐ ਕਰੂ ਮੈਂ ਲੱਤਾਂ ਨਾ ਤੋੜ ਦੋ ਉਹਦਾ ਨਾ ਜਾ ਕੰਮ ਕਰਾ ਉਹਦਾ ਭਾਜਾ ਤੇਰਾ ਹੀ ਬਣਾ ਰਹਿੰਦਾ ਬਾਹਰ ਕਿਹੜਾ ਦਲੇਰ ਮਹਿੰਦੀ ਆ ਐਵੇਂ ਬੇਬੇ ਬਾਲਾ ਇਹ ਕਰਦੀ ਉਹ ਔਰ ਮਾੜਾ ਦਾ ਲੂਟ ਆਈ ਪੁੱਤਾ ਉਹ ਮੇਰਾ ਸ਼ੇਰ ਪੁੱਤਾ ਹਾਂਜੀ ਬਾਪੂ ਪੁੱਤ ਮੈਂ ਕਹਿੰਦਾ ਨਾਲ ਤਵਾ ਕੜੀ ਲੋਡ ਕਰਾ ਕੇ ਲਿਆਉਣੀ ਮੰਡੀ ਤੋਂ ਹਾਂਜੀ ਤੇ ਨਾਲ ਤੈਨੂੰ ਉੱਥੇ ਦਵਾਈ ਦਵਾ ਦੂੰ ਨਾਲੇ ਫਿਰ ਉੱਤਨ ਮੈਂ ਗਾਹਾਂ ਦੀ ਗਾਹਾਂ ਛੱਡ ਆਉਂਗਾ ਠੀਕ ਹੈ ਬਾਪੂ ਤੁਸੀਂ ਐਂ ਕਰੋ ਬਾਪੂ ਮੈਨੂੰ ਦਵਾਈ ਦਵਾ ਕੇ ਉੱਥੇ ਛੱਡ ਦਿਓ ਬਸ ਚੜਾ ਦਿਓ ਮੈਂ ਆਪੇ ਵਗ ਜੂ ਪਈ ਉਹਨਾਂ ਦਾ ਨਹੀਂ ਪਤਾ ਵੀ ਕੀ ਬੋਲਣਗੇ ਦੁਬਾਰਾ ਉਹਨਾਂ ਨੂੰ ਕੀ ਬੋਲਣਾ ਪਤਾ ਉਹ ਬਸ ਐਂ ਕਰਦਾ ਕੀ ਬੋਲਣਾ ਨਾ ਦਿਮਾਗ ਫਿਰੇ ਰਹਿੰਦਾ ਵਾ ਮੈਂ ਆਪੇ ਵਗ ਜੂੰਗੀ ਬਾਪੂ ਗਾਹਾਂ ਤੁਸੀਂ ਅੱਧ 'ਚ ਛੱਡ ਆਇਓ ਮੈਨੂੰ ਚੱਲ ਕੋਈ ਨੀ ਪੁੱਤ ਫਿਰ ਮੈਂ ਤੈਨੂੰ ਬਸ ਚੜਾ ਦੂੰ ਹੋਰ ਕੀ ਹੈ ਠੀਕ ਹੈ ਬਾਪੂ ਹਾਂ ਜ਼ਰੂਰੀ ਹੈ ਹੁਣ ਦਵਾਈ ਤਾਂ ਜ਼ਰੂਰੀ ਹੈ ਫਿਰ ਵੀ ਜੇ ਦਵਾ ਕੇ ਲੈ ਕੇ ਤਾਂ ਠੀਕ ਹੈ ਜੇ ਫਿਰ ਵੀ ਭਾਈ ਡਾਕਟਰ ਨੂੰ ਪੁੱਛ ਲਾਂਗੇ ਵੀ ਕਿੰਨਾ ਚਿਰ ਹੋਊਗਾ ਤੇ ਨਾਲੇ ਕਰਾ ਲਾਂਗੇ ਦੁਬਾਰਾ ਕੋਈ ਟੈਸਟ ਜੇ ਆਇੰਦਾ ਉਹ ਕਹਿੰਦਾ ਸੀਗਾ ਤੇ ਨਹੀਂ ਫਿਰ ਉਦੋਂ ਬਾਅਦ ਦੇ ਵਿੱਚ ਤੂੰ ਮੈਨੂੰ ਦੱਸ ਦੇ ਤੇ ਭਾਈ ਮੈਂ ਜਾ ਕੇ ਤੈਨੂੰ ਫਿਰ ਲਿਆ ਕੇ ਦਵਾਈ ਪੂਰੀ ਕਰਾ ਦੂੰ ਠੀਕ ਹੈ ਠੀਕ ਹੈ ਬਾਪੂ ਜੀ ਹਾਂ ਜੇ ਦਵਾ ਕੇ ਲੈ ਕੇ ਤਾਂ ਵਾਲੀ ਪੂਰੀ ਗੱਲ ਤੁਸੀਂ ਕਿਹੜਾ ਮੈਨੂੰ ਦਵਾਈ ਦਵਾ ਕੇ ਉਹ ਕਰ ਦਿਓ ਛੱਡ ਦਿਓ ਉੱਥੇ ਮੱਧ 'ਚ ਤੇ ਬੱਚੋ ਫਿਰ ਬਸ ਚੜ ਨਾ ਕੋਈ ਨਹੀਂ ਪੁੱਤ ਫਿਰ ਤੈਨੂੰ ਰੰਪਰੇ ਤੇ ਚੜਾ ਦੂੰਗਾ ਠੀਕ ਹੈ ਬਾਪੂ ਜੀ ਮੈਂ ਕਰ ਲਾਂਗਾ ਚੱਕ ਫਿਰ ਤੂੰ ਆਪਦਾ ਬੈਗ ਜਾ ਠੀਕ ਹੈ ਬਾਪੂ ਜੀ ਮੈਂ ਕੱਪੜੇ ਪਾ ਲਾਂਗਾ ਬੈਗ 'ਚ ਹਾਂ ਕੱਪੜੇ ਪਾ ਲਾ ਪੁੱਤ ਠੀਕ ਅੱਛਾ ਬੇਬੇ ਦਾ ਉੱਧਰ ਫੱਟੀ ਭੁੰਦੀ ਆ ਵਾਹ ਨਾਲ ਵਿੱਚ ਉਹ ਅੱਜ ਫੱਟੀ ਮੈਂ ਤਾਂ ਲਵਾ ਲੈ ਜਾਂਦਾ ਉਹ ਤਾਂ ਕੋਈ ਚੱਕਰ ਨਾ ਮਨ ਵਾ ਤੂੰ ਇਹਨੂੰ ਤਲਾ ਦੇ ਫਿਰ ਤਾਂ ਦੋ ਦਿਨ ਨਾ ਤਲਾ ਮੈਂ ਲਾਇਆ ਤਾਂ ਇਹ ਤੱਕੇ ਨਾ ਨਾ ਤੇਰੇ ਵਾਲ ਅੱਛਾ ਘਰੇ ਨਹੀਂ ਵੜਨ ਦਿੰਦਾ ਹੈ ਤੂੰ ਚੜ ਕੇ ਮੰਡੋ ਕਰ ਨਾ ਕਿਹਨਾਂ ਲੱਗਿਆ ਪਿਆ ਗੱਲਾਂ ਮਾਰਨ ਜਿਹਦੇ ਨਾਲ ਮਰਜ਼ੀ ਲੱਗਾ ਤੈਨੂੰ ਐਂ ਕਿਵੇਂ ਐਂ ਕਿਵੇਂ ਕੀ ਐਂ ਕਿਵੇਂ ਅੱਛਾ ਹੁਣ ਮੈਨੂੰ ਪਤਾ ਲੱਗ ਗਿਆ ਤਾਈਓ ਨਹੀਂ ਮੈਨੂੰ ਦਵਾਈਆਂ ਦਾ ਪਤਾ ਸੀ ਲੱਗ ਗਿਆ ਪਤਾ ਤਾਂ ਜਾ ਛੱਡੀ ਰਗੜਾ ਐਂ ਕਿਵੇਂ ਜਾ ਮੈਂ ਪਹਿਲਾਂ 10 ਗੱਲਾਂ ਕਿੰਨਾ ਮਾਰਦਾ ਸੀ ਕੌਣ ਆ ਕੁੜੀ ਕਿੱਥੋਂ ਆ ਕੁੜੀ ਜਿੱਥੋਂ ਮਰਜ਼ੀ ਹੋਵੇ ਤੂੰ ਮੈਂ ਤੋਂ ਕੀ ਲੈਣਾ ਮੈਂ ਕਿਉਂ ਰੋਣਾ ਪਾਇਆ ਤੁਸੀਂ ਆ ਬੇਬੇ ਦੇਖ ਲੈ ਦੀਆਂ ਕਰ ਤੂਤਾ ਬੈਠੋ ਬੈਠੋ ਯਾ ਟੋ ਨਾਲ ਪਤਾ ਉਹ ਬਿਮਾਰ ਗਈ ਸੀ ਉਹਦਾ ਪਤਾ ਤਾਂ ਕੀ ਲੈਣਾ ਸੀਗਾ ਆਈ ਨੂੰ ਵੀ ਪੁੱਛਦਾ ਆਏਗਾ ਆਈ ਨੂੰ ਕੀ ਪੁੱਛਣਾ ਉਹਨੇ ਲੱਗਦਾ ਗਿਆ ਵੀ ਪਤਾ ਮੈਂ ਤੈਨੂੰ ਪਹਿਲੇ ਬੰਦੇ ਵਾਂਗੂ ਦੱਸ ਰਹੀ ਤੂੰ ਇਹਨੂੰ ਕਿਉਂ ਬੁਲਾਇਆ ਇੱਥੇ ਕਿਉਂ ਮੈਂ ਆਉਣਾ ਨਹੀਂ ਸੀ ਮੇਰਾ ਘਰ ਆ ਮੈਂ ਤੈਨੂੰ ਕਹਿਤਾ ਸੀ ਬੇਬੇ ਮੈਂ ਇਹਨੂੰ ਤਲਾਕ ਦੇਣਾ ਮੈਂ ਰੱਖਣੀ ਨਹੀਂ ਇਹਨੂੰ ਜਦੋਂ ਤੇ ਬਾਹਰ ਜਿਹੜਾ ਮੂੰਹ ਮਾਰਦਾ ਬੰਦਾ ਉਹ ਨਾ ਆ ਇਹਨੂੰ ਕਿਉਂ ਹੋਇਆ ਇਹਦੇ ਕੋਲ ਤੇ ਲੈ ਕੋੜੀ ਚੱਲਿਆ ਵੀ ਕੋਈ ਨਾ ਬੇਬੇ ਬਸ ਮੈਂ ਜਾਣੀ ਆ ਪਤਾ ਲੱਗ ਗਿਆ ਦੀਆਂ ਨਹੀਂ ਆ ਨਾ ਰਾਇ ਕਰੇ ਓ ਜਾਨ ਦੇ ਜਾ ਬਗ ਜਾ ਪਰ ਦੇ ਚਰਾਂ ਦੀ ਜੋਗਣ ਜੀ ਜਬਰ ਦੇਖ ਦੇਖ ਬੇਬੇ ਇਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਤੂੰ ਮੈਨੂੰ ਕਦੋਂ ਮਰਜ਼ੀ ਮਿਲਣ ਆ ਜੀ ਬਸ ਮਿਲਣ ਆ ਜੀ ਗਾ ਤੇ ਮਿਲਣ ਨੂੰ ਤਰਸੀ ਪਈ ਆ ਫਿਰ ਮੈਂ ਤਾਂ ਕਿਹਾ ਆਉਂਗੀ ਜਦ ਨਾਲ ਹੀ ਲੱਗ ਜਾਂਦਾ ਲੈ ਨਾਲੇ ਨਾ ਨਹੀਂ ਜਿਵੇਂ ਕਿਉਂ ਕਾ ਛੱਡ ਕੇ ਜਾਵਾਂ ਤੂੰ ਬਾਲ ਇਹ ਨਾਲ ਹੀ ਭੱਜ ਗਿਆ ਇੱਥੇ ਜਿਹੜੀ ਲਿਆਉਣਾ ਭੜੋ ਮੈਂ ਤੇ ਤੂੰ ਨੂੰ ਲੋਟ ਲੈ ਆਈ ਤੂੰ ਉਹ ਜਾ ਬੇਬੇ ਨਾਲ ਹੀ ਭੱਜ ਜਾ ਵਧੀਆ ਦੋਨੇ ਮੈਂ ਤਾਂ ਪਾਣੀ ਜਾਂਦੀ ਹੈਗੀ ਤਾਈਓ ਮੇਰੇ ਬਾਪੂ ਨੂੰ ਕਹਿਤਾ ਵੀ ਇਹਨੂੰ ਲੈ ਜਾ ਆਹ ਕਰਤੂਤਾ ਕਰਨੀਆਂ ਸੀ ਬੇਬੇ ਨੇ ਉਹ ਮੈਂ ਤਾਂ ਕਰਦਾ ਯਾਰ ਮੈਂ ਤਾਂ ਸਭ ਕੁਝ ਕਰੂੰਗਾ ਜਾ ਤੂੰ ਆਦਾ ਭੱਜ ਜਾ ਮੈਂ ਪਹਿਲਾਂ ਹੀ ਬੇਬੇ ਨੂੰ ਕਿਹਾ ਸੀ ਮੈਂ ਤਾਂ ਨਹੀਂ ਕਰਾਉਣਾ ਇਹਦੇ ਨਾਲ ਵਿਆਹ ਜੋ ਨਾ ਕਰ ਦੇ ਧੱਕੇ ਨਾਲ ਮੇਰੇ ਬਾਗ ਤਾਂ ਮੈਂ ਜਾਣੀ ਆ ਤੂੰ ਪਛਤਾਏਗਾ ਬੇਬੇ ਕਦੋਂ ਮੇਰੇ ਕੋਲ ਮਰਜ਼ੀ ਆ ਜੀ ਉਹ ਜਾ ਤੂੰ ਬਾਗ ਬੇਬੇ ਆ ਜੀ ਚੰਗਾ ਕੋਈ ਨਾ ਕਰਦੇ ਆਪੇ ਕਰਦੀ ਇਹਦੇ ਕੋਈ ਨਹੀਂ ਕੀ ਤੂੰ ਵੀ ਤੱਦ ਕਰਦਾ ਹੁੰਦਾ ਬੇਬੇ ਕੀ ਕਰਾਉਣਾ ਇਹ ਤੋਂ ਮੈਂ ਜੇ ਮੈਂ ਨਹੀਂ ਰੱਖੀ ਇਹਨੂੰ ਦੇ ਹੀ ਜਾਂਦਾ ਨਾ ਫਿਰ ਹੋ ਜੀ ਕਹੀ ਜਾਂਦਾ ਹੈ ਤੂੰ ਫਿਰ ਹੋਰ ਲਿਆ ਕੇ ਕੋਈ ਮੈਂ ਵੀ ਆ ਬੈਠੀ ਤੂੰ ਬੈਠੀ ਰਹਿ ਫਿਰ ਤੇਰਾ ਮੰਜਾ ਚੱਕ ਕੇ ਬਾਹਰ ਤੇ ਮਾਰੂ ਮੈਂ ਬਾਹਰ ਤੇ ਮਾਰੂਗਾ ਮੇਰੇ ਕਿਹੜਾ ਲੱਤਾਂ ਟੁੱਟੀਆਂ ਮੇਰਾ ਤੂੰ ਉੱਧਰ ਛੱਡੇ ਮਾਰੇਗਾ ਬਾਹਰ ਤੇ ਲੱਤ ਤੋੜ ਕੇ ਗਾ ਤੂੰ ਫਿਰ ਬੇਬੇ ਜਾ ਹੀ ਬੋਲ ਜਾਏਗੀ ਤੂੰ ਐਂ ਬਾਲੀ ਉਹਦੀ ਮੈਂ ਆਦੀ ਨਾ ਕਰਾਂ ਤੈਨੂੰ ਮੈਂ ਬੰਦਿਆਂ ਨੂੰ ਕਹਦਾ ਜਦੋਂ ਮੈਂ ਰੱਖਣੀ ਇਹ ਤਾਂ ਨਹੀਂ ਰੱਖਣੀ ਮੈਂ ਲਿਆਉਣੀ ਆ ਤਾਂ ਉਹੀ ਲਿਆਉਣੀ ਆ
ਨੀਲਾ ਖਾਣ ਜਾਂ ਬਾਕੀ ਬੇਬੇ ਮੇਰੇ ਨਾਲ ਚੌੜ ਜੀ ਨਾ ਕਰ ਬੱਚਾ ਨੂੰ ਪਾ ਗਿਆ ਮੈਂ ਪਹਿਲਾਂ ਉਹ ਘਰੋਂ ਕੱਢ ਗਿਆ ਟਾਈਮ ਕਿਤੇ ਹੁਣ ਤੈਨੂੰ ਨਾ ਇੱਧਰ ਨਾ ਬਿਸਤਰਾ ਬੋਲ ਕਰਨਾ ਪਿਆ ਨਾ ਕਿਹਾ ਬੰਦਾ ਆਪਣੇ ਖਾਣਾ ਦੇ ਦੇ ਤੂੰ ਇਹ ਵੀ ਦੇ ਦੇ ਮੈਂ ਤਾਂ ਬਗਦੀ ਹੈ ਤੂੰ ਹੋਰ ਕਿਸੇ ਨੂੰ ਲਿਆ ਕੇ ਖਾਈ ਪਾਲਦੀ ਥਾਂ ਦੇ ਫੇਰ ਮੈਂ ਤੈਨੂੰ ਲਿਆਉਂਗਾ ਦਿਨੇ ਤਾਰੇ ਦਿਖਾ ਤੂੰ ਕੋਈ ਨਾ ਮੜਾ ਜਾ ਉਧਰੋਂ ਨਹੀਂ ਫੜਨ ਦੇ ਫੇਰ ਤੈਨੂੰ ਬੇਬੇ ਇੱਥੇ ਲਿਆ ਕੇ ਦਿਖਾ ਦੂੰ ਮੈਂ ਵੀ ਤੇਰੇ ਮੁੰਡਾ ਜਾ ਖੇਡ ਹੁਣ ਆਵੇ ਬਸ ਫਿਰ ਮੈਂ ਵੀ ਮੇਰੀ ਵੀ ਚੇਤ ਕਰ ਲਿਆ ਕੇ ਦਿਖਾਈ ਬਾਗ ਜਾ ਵੇ ਤੇ ਜਿਵੇਂ ਦਾ ਦੱਸਾਂ ਤੇ ਚਲੋ ਵੀ ਚੰਗਾ ਹੋ ਗਿਆ ਤੈਨੂੰ ਪਤਾ ਲੱਗ ਗਿਆ ਹਾਂ ਕੀ ਗੱਲਬਾਤ ਬਾਪੂ ਬਤਾ ਵੀ ਬਸ ਬਸ ਮਿਲੀ ਨਹੀਂ ਵੀ ਬਸ ਮੈਂ ਬਤਾ ਓਏ ਆਏ ਨਹੀਂ ਤੂੰ ਆ ਜਾ ਮੈਨੂੰ ਕਹਿੰਦਾ ਜਾ ਤੈਨੂੰ ਪਤਾ ਲੱਗ ਗਿਆ ਤਾਂ ਬਾਗ ਜਾ ਕਹਿੰਦਾ ਬਾਪੂ ਉਹ ਤਾਂ ਬਹੁਤ ਟਾਈਮ ਦਾ ਹੀ ਕਰਦਾ ਪਰ ਮੈਂ ਤੁਹਾਨੂੰ ਦੱਸਿਆ ਨੀ ਗਾ ਕਿਉਂਕਿ ਮੈਨੂੰ ਪਤਾ ਸੀਗਾ ਵੀ ਮੇਰਾ ਬਾਪੂ ਪਹਿਲੀ ਦੁਖੀ ਹੈਗਾ ਤਾਂ ਕਰਕੇ ਮੈਂ ਤੁਹਾਨੂੰ ਕੁਛ ਵੀ ਨੀ ਦੱਸਿਆ ਨੀ ਗਾ ਜੇ ਤੂੰ ਮੈਨੂੰ ਨਾ ਦੱਸਿਆ ਫਿਰ ਇਹਦਾ ਹੱਲ ਕਿਵੇਂ ਹੋਊਗਾ ਪਹਿਲਾਂ ਤੂੰ ਦੱਸਣਾ ਸੀ ਮੈਂ ਜਾ ਕੇ ਉਹਦੇ ਨਾਲ ਗੱਲ ਕਰਦਾ ਫਿਰ ਹੀ ਗੱਲ ਕੋਈ ਰਾਹ ਪਊਗੀ ਐਂ ਦੱਸੇ ਮੈਨੂੰ ਫਿਰ ਮੈਨੂੰ ਪਤਾ ਲੱਗੂ ਮੈਂ ਤਾਂ ਹੀ ਤੈਨੂੰ ਉੱਥੇ ਦੱਸੀ ਕਰਦਾ ਮੈਂ ਕੋਈ ਨਾ ਕੋਈ ਗੱਲ ਹੈਗੀ ਆ ਜਿਹੜਾ ਵਾਰੀ ਵਾਰੀ ਐਂ ਕਹੀ ਜਾਂਦਾ ਕੋਈ ਗੱਲ ਚੁੱਕਦੀ ਨਹੀਂ ਬਾਪੂ ਉਹੀ ਗੱਲ ਹੋਈ ਤਾਂ ਉਹੀ ਗੱਲ ਹੋਊ ਜਿਹੜੀ ਮੈਂ ਸੋਚੀ ਸੀ ਬਸ ਬਾਪੂ ਮੈਨੂੰ ਆਏ ਸੀਗਾ ਵੀ ਚੱਲ ਸੁਧਰ ਜੂਗਾ ਪਰ ਨਹੀਂ ਸੁਧਰਨ ਵਾਲਾ ਹੋਏਗਾ ਮਾਂ ਵੀ ਉਹਦੇ ਨਾਲ ਵਾਲੀ ਵੀ ਨਹੀਂ ਬਾਪੂ ਬੇਬੇ ਤਾਂ ਬਸ ਮੇਰੇ ਵੱਲ ਦੀ ਆ ਗਈ ਉਹੀ ਆ ਵਿਗੜਿਆ ਬਾਂਦਰ ਤੇ ਉਹਨੂੰ ਕਹਿੰਦੀ ਨਹੀਂ ਮਾਣਾ ਮੋਟਾ ਬਹੁਤ ਘੂਰਦੀ ਆ ਬਾਪੂ ਉਹਨੂੰ ਵੀ ਕਹਿ ਦਿੰਦਾ ਤੂੰ ਵੀ ਕਰੋ ਬਾਗ ਜਾ ਮਾਂ ਨੂੰ ਵੀ ਹਾਂਜੀ ਮੈਂ ਬੇਬੇ ਨੂੰ ਕਹਿਤਾ ਬੇਬੇ ਤੂੰ ਮੇਰੇ ਕੋਲ ਕਦੋਂ ਮਰਜ਼ੀ ਆਈ ਤੇਰੇ ਵਾਸਤੇ ਮੇਰੇ ਕੋਲੇ ਹੈਗੀ ਆ ਜਗ੍ਹਾ ਬਿਠਾਉਣ ਨੂੰ ਵੀ ਬਸ ਪਰ ਮੈਂ ਉਹਦੇ ਨਾਲ ਮੇਰਾ ਕੋਈ ਨਾਤਾ ਨਹੀਂ ਗਾ ਧੱਕੇ ਨਾਲ ਰਿਹਾ ਵੀ ਜਾਂਦਾ ਘਰ ਖਰਾਬ ਹੁੰਦੇ ਨੇ ਕੀ ਫਾਇਦਾ ਨਹੀਂ ਤਲਾਕ ਦੇ ਦਾਂਗੇ ਪੁੱਤ ਹੋਰ ਸਹੀ ਫਿਰ ਹੋਰ ਪਾਸੇ ਬਹਿ ਦਾਂਗੇ ਹੁਣ ਤੈਨੂੰ ਆਏ ਤਾਂ ਨੀ ਰੱਖਿਆ ਜਾਂਦਾ ਹਾਂ ਬਾਪੂ ਤਲਾਕ ਦੇਣ ਨੂੰ ਤਾਂ ਫਿਰਦੇ ਹੀ ਹੈਗਾ ਬਸ ਇਹ ਜਿਹਾ ਤਾਂ ਕੋਈ ਗੱਲ ਨੀ ਪੁੱਤ ਜੇ ਫਿਰਦੇ ਆ ਤਾਂ ਕੋਈ ਗੱਲ ਨੀ ਫਿਰ ਜੇ ਹੁਣ ਤੈਨੂੰ ਧੱਕਿਆ ਉੱਥੇ ਛੱਡ ਵੀ ਆਊਗਾ ਤੇ ਤੈਨੂੰ ਉੱਥੇ ਬੁਲਾਇਆ ਚਲਾਇਆ ਨੇ ਫਿਰ ਕੀ ਫਾਇਦਾ ਉਹਦਾ ਹਾਂਜੀ ਬਾਪੂ ਐਂ ਤਾਂ ਹੈਗਾ ਵਾ ਚਲ ਕੋਈ ਗੱਲ ਨੀ ਪੁੱਤ ਤੂੰ ਬਦਲਾ ਕੱਪੜੇ ਕੁੱਪੜੇ ਮੈਂ ਲਾਉਣਾ ਕੁਝ ਠੀਕ ਹੈ ਬਾਪੂ ਤੁਸੀਂ ਗੱਲ ਕਰ ਲਓ ਇੱਕ ਵਾਰ ਕੀ ਕਹਿੰਦਾ ਨਾ ਨਾ ਪੁੱਤ ਦੇਖਣਾ ਗੱਲ ਕਰਦੇ ਕੋਈ ਗੱਲ ਠੀਕ ਹੈ ਬਾਪੂ ਕੋਈ ਰਾਇ ਲੈਣਾ ਜਾਣੇ ਬੰਦੇ ਦੀ ਆ ਤਾਂ ਜਮੇ ਹੀ ਗਲਤ ਆ ਕੰਮ ਮੈਂ ਤਾਂ ਮੇਰੀ ਧੀ ਦੀ ਜ਼ਿੰਦਗੀ ਖਰਾਬ ਹੋ ਜੂਗੀ ਚਲ ਕੋਈ ਨਹੀਂ ਜਦੋਂ ਫੋਨ ਲਾ ਕੇ ਦੇਖਣਾ ਕਿਹੜਾ ਨਹੀਂ ਫਿਰ ਦੋ ਤਲਾਕ ਦਿੱਤੇ ਜੀ ਫਾਇਦਾ ਉਹਦਾ ਕਹਿੰਦੇ ਹੁੰਦੇ ਜੇ ਧੱਕੇ ਨਾਲ ਮੈਂ ਛੱਡ ਵੀ ਆਊਂਗਾ ਮਹੀਨੇ ਦੋ ਮਹੀਨੇ ਫਿਰ ਇਹਨੂੰ ਟੱਕਰ ਦੂ ਉਹਦਾ ਵੀ ਕੀ ਫਾਇਦਾ
ਨਾ ਬੈਠੀ ਕੀ ਕਰੀ ਜਾਨੀ ਆ ਤੂੰ ਹੁਣ? ਕੋਈ ਚਾਹ ਧਰ ਲਾ, ਰੋਟੀ ਬਣਾ ਲਾ, ਤੂੰ ਉਹਦੇ ਨਾਲ ਬੈਠੀ ਆ। ਮੈਂ ਇੱਥੋਂ ਨੀ ਬਣਦੀ ਬਈ ਚਾਹ ਰੋਟੀ, ਮੈਂ ਤਾਂ ਕਿਤੇ ਉੱਥੇ ਨੀ ਕੰਮ ਕੀਤਾ ਸੀ, ਉੱਥੇ ਕਿਵੇਂ ਕਰੂੰਗੀ? ਕਿਉਂ, 3-4 ਦਿਨ ਹੋ ਗਏ ਤੈਨੂੰ ਆਈ ਨੂੰ, ਹੁਣ ਤੂੰ ਉੱਥੇ ਵੀ ਤਾਂ ਵਿਆਹੀ ਹੋਈ ਸੀ, ਤੂੰ ਕਿਹੜਾ ਵੀ ਅੱਜ ਨਵਾਂ ਹੀ ਵਿਆਹ ਹੋਇਆ ਤੇਰਾ, ਪਹਿਲੀ ਵਾਰ? ਨਵਾਂ ਤਾਂ ਨਹੀਂ ਹੋਇਆ, ਮੈਂ ਤਾਂ ਕਿਤੇ ਕੰਮ ਕੀਤਾ ਨੀ ਬਈ। ਇੱਥੇ ਤਾਂ ਫਿਰ ਜੇ ਰਹਿਣਾ ਨਾ ਕੰਮ ਕਰਨਾ ਪਊਗਾ ਬਈ। ਬਈ ਮੈਂ ਇੱਥੋਂ ਨੀ ਹੁੰਦਾ ਕੰਮ ਕੁੰਮ ਆਪਦਾ, ਐਂ ਕਿਵੇਂ ਬੁੜੀ ਲਾ ਲਾ ਕੋਈ ਕੰਮ ਵਾਲੀ। ਤੂੰ ਨੌਕਰ ਲਿਆਉਂਦੀ ਪੇਕਿਆਂ ਤੋਂ ਫਿਰ? ਮੈਂ ਕਿਹੜਾ ਕੀਤਾ ਸੀ ਵੀ ਮੈਂ ਨੌਕਰ ਲਿਆਉਂਗੀ? ਫਿਰ ਹੋਰ ਕੰਮ ਤਾਂ ਕਰਨਾ ਹੀ ਪੈਂਦਾ ਬੁੜੀਆਂ ਨੂੰ, ਹਰੇਕ ਹੀ ਕਰਦੀ ਆ। ਮੈਂ ਇੱਥੋਂ ਨੀ ਇੰਨਾ ਕੰਮ ਹੁੰਦਾ ਜਿੰਨਾ ਤੂੰ ਭਾਲਦੀ ਆ, ਤੂੰ ਤਾਂ ਸਾਰਾ ਦਿਨ ਹੀ ਐਂ ਕਰੀ ਜਾਂਦੀ, ਉਹ ਕੰਮ ਕਰ ਲਾ, ਉਹ ਕੰਮ ਕਰ ਲਾ, ਉਹ ਕਰ ਲਾ। ਨਹੀਂ 3-4 ਦਿਨ ਹੋ ਗਏ ਤੈਨੂੰ ਬੈਠੀ ਨੀ, ਮੈਂ ਮਾਤਾ ਰਾਣੀ ਹੁੰਦੀ ਆ, ਤੂੰ ਕੰਮ ਕਰ। ਹੁਣ ਤਾਂ ਮੈਂ ਬਾਹਰੋਂ ਆਈ ਆ ਕੰਮ ਕਰਕੇ, ਕੀ ਕਰੇ ਚਾਹ ਬਰਗਰ ਮਾਰ ਕੇ ਆਈ ਆ ਵਿਹੜੇ ਚੋਂ। ਚਾਹ ਤਾਂ ਕਰੀ ਨੀ ਫਿਰ ਤਾਂ, ਚਾਹ ਨੀ ਕਰਨੀ ਜੀ। ਤੂੰ ਬਣਾ ਲੈ ਚਾਹ, ਤੈਨੂੰ ਕਿਹਾ, ਤੂੰ ਵੀ ਤਾਂ ਸਾਰਾ ਦਿਨ ਵਿਹਲੀ ਰਹਿਨੀ ਆ। ਨਹੀਂ ਮੈਂ ਤਾਂ ਵਿਹਲੀ ਰਹਿਨੀ ਆ, ਮੈਂ ਬੁੜੀ ਆ ਤੇ ਤੂੰ ਮਟਿਆਰ, ਕਰ ਲੈ ਕੰਮ। ਲੈ ਤੇ ਬੁੜੀਆਂ ਕਿਹੜਾ, ਤੂੰ ਮੇਰੇ ਮੰਜੇ ਤੇ ਬੈਠੀ, ਮੈਂ ਤਾਂ ਤਾਂ ਹੋਵੇ ਤੁਰੀ ਫਿਰਦੀ ਤੂੰ ਆ, ਗਵਾਂਢਾਂ ਨੇ ਕਿਵੇਂ ਚੁਗਲੀਆਂ ਕਰਨ ਪਾ ਗਏ ਇੰਨੀ ਆ। ਤੇਰੀਆਂ ਕਿਹੜੀਆਂ ਕਰੇ ਆਈ ਤੂੰ, ਮੇਰੇ ਆਈ ਨੂੰ 4 ਦਿਨ ਮੈਂ ਤੇਰੀ ਚੁਗਲੀਆਂ ਵੀ ਕਰੇ। ਤੇ ਹੋਰ ਹੁਣ ਘਰੇ ਤਾਂ ਬਹਿੰਦੀ ਨੀ, ਜਿੰਨੇ ਜਿੱਦੇ ਨਹੀਂ ਮੈਂ ਆਈ ਆ, ਮੈਂ ਤਾਂ ਹੀ ਦੇਖਦੀ ਆ, 4-5 ਦਿਨ ਹੋਵੇ ਬੰਦੇ ਦਾ, 1 ਦਿਨ ਚ ਪਤਾ ਲੱਗ ਜਾਂਦਾ, ਤੂੰ ਤਾਂ ਗਵਾਂਢ ਆਖੇਗੀ ਤਾਂ ਮੈਂ ਤਾਂ ਸੁਣੇਗੀ ਸੱਚੀਆਂ, ਫਿਰ ਕਹੇਗੀ ਹਾਂ ਨਾ ਤਾਂ ਮੇਰੇ ਪੁੱਤ ਦਾ ਘਰ ਪੱਟਤਾ ਤੂੰ। ਮੈਂ ਕੀ ਪੱਟਤਾ, ਤੇਰਾ ਮੁੰਡਾ ਤਾਂ ਆਪ ਆਉਂਦਾ ਸੀ ਮੇਰੇ ਕੋਲੇ, ਤੇ ਮੈਂ ਉਹਨੇ ਵੀ ਤਾਂ ਮੇਰਾ, ਮੈਂ ਵੀ ਤਾਂ ਆਪਦਾ ਘਰ ਛੱਡ ਕੇ ਆਈ ਆ ਬਈ। ਜੇ ਬੁਲਾਉਂਦੀ ਸੀ ਤਾਂ ਜਾਂਦਾ ਸੀ, ਹੋਰ ਨਾ ਕਿਸੇ ਦੇ ਵੱਗ ਗਿਆ। ਅੱਛਾ, ਫੋਨ ਕਰਦੀ ਸੀ 4 ਦਿਨ ਤੇ ਤੇਰੇ ਹੱਥ ਚ ਫੋਨ ਰਹਿੰਦਾ, ਫੋਨ ਰਹਿੰਦਾ ਸੀ, ਫੇਰ ਰਹਿੰਦਾ ਸੀ, ਫੇਰ ਪੁਰਦੇ ਮੈਨੂੰ ਨੀ, ਮੇਰੇ ਮੂਹਰੇ ਜਵਾਨ ਜੀ ਨਾ ਚਲਾ, ਉੱਠ ਕੇ ਕੰਮ ਕਰ ਲਾ। ਮੈਂ ਇੱਥੋਂ ਨੀ ਦਾ ਮੰਨੇ ਤੇਰੇ ਮੂਹਰੇ, ਮੈਂ ਤਾਂ ਹੱਥ ਕਰਨਾ ਕਰ, ਨਹੀਂ ਕਰਨਾ ਨਾ ਕਰਾਂ। ਕੋਈ ਨੀ, ਮੈਂ ਕਰਦੀ ਆ ਆਪਦੇ ਮੁੰਡੇ ਨਾਲ ਹੀ ਗੱਲ, ਕੰਜਰ ਤਾਂ ਉਹ ਆ ਜਿਹੜਾ ਜਾਏਗਾ ਤੈਨੂੰ ਲੈ ਜਾ। ਉਹਨੂੰ ਉਹਨੂੰ ਪਤਾ ਹੀ ਸੀ ਪਹਿਲਾਂ ਵੀ ਇਹ ਕੰਮ ਕਰਦੀ ਹੈ ਕਿ ਨਹੀਂ ਕਰਦੀ? ਮੈਨੂੰ ਤਾਂ ਨਹੀਂ ਉਹਨੂੰ ਦੱਸਿਆ ਵੀ ਉਹ ਕੰਮ ਨਹੀਂ ਕਰਦੀ ਜਾਂ ਨਹੀਂ ਕਰੂਗੀ, ਐਂ ਨਹੀਂ ਦੱਸਿਆ ਮੈਨੂੰ ਉਹਨੇ। ਠੀਕ ਆ, ਜੇ ਨਹੀਂ ਪਤਾ ਸੀ ਤਾਂ ਜਾ ਕੇ ਹੁਣ ਪੁੱਛ ਲਾ ਤੂੰ, ਲਾਤਾ ਰੰਗ ਕਰ ਲਾ ਕੰਮ ਕੰਮ, ਆਪਸ ਪੜ ਕੇ ਬਹਿ ਜਾ ਬੇਲੀ, ਗਵਾਂਢਾਂ ਦੇ ਜਾ ਕੇ ਬਹਿ ਜਾ ਚੁਗਲਾਂ ਕਰਨ ਲੈ, ਵੀ ਤੂੰ ਘਰੇ ਕੰਮ ਕਰ ਲੈ, ਜੇ ਤੂੰ ਮੰਜੇ ਤੇ ਬੈਠੀ ਮੈਂ ਤਾਂ ਹੋਵੇ, ਤੂੰ ਤਾਂ ਮੌਜ ਨਾਲ ਤੁਰੀ ਫਿਰਦੀ ਆਂਗੀ, ਜਦੋਂ ਮੁੰਡਾ ਆ ਜਾਊਗਾ ਉਦੋਂ ਕਰੂਗੀ, ਹਾਏ ਮੇਰੀ ਲੱਤ ਦੁਖਦੀ ਹੈ, ਹਾਏ ਮੇਰੀ ਬਾਂਹ ਦੁਖਦੀ ਹੈ, ਉਦੋਂ ਐਂ ਕਰਨ ਲੱਗ ਜੂ। ਅੱਛਾ ਹੁਣ ਆ ਕੇ ਮੈਂ ਕੰਮ ਕਰਾਂਗਾ, ਹੁਣ ਨੌਕਰ ਨੀ ਲਾਈਆਂ ਤੇਰੀ, ਕਰ ਲਾ ਉਹਦਾ ਕੰਮ। ਬਾਈ ਤਿਆਰ ਜੇ ਹੋਈ ਜਾਂਦਾ ਕੰਮ ਤੇ ਜਾਣ ਵਾਲੇ ਲੱਛਣ ਤੇਰੇ, ਕੀ ਹੋਈ ਜਾਂਦਾ ਰਹਿੰਦਾ ਤੇਰੇ ਗਾਹਾਂ, ਤੂੰ ਕੁਰਸੀ ਤੇ ਬਹਿਣਾ, ਕਰਨਾ ਤਾਂ ਕੰਮ ਹੈ ਖੇਤ ਦਾ। ਖੇਤ ਦਾ ਕੰਮ ਬੂਟ ਪਾ ਕੇ ਕਰਾਂਗਾ? ਹਾਂ ਫਿਰ ਬੂਟ ਪਾ ਕੇ ਕਰੇਗਾ, ਮੈਂ ਹੀ ਤਾਂ ਮੈਂ ਪੁੱਛਦੀ ਹਾਂ, ਬੂਟ ਪਾ ਕੇ ਕਰੇਗਾ ਕੰਮ? ਜਾ ਕੇ ਆਵਾਂ ਇੱਥੇ ਤੇ ਕੰਮ। ਕਿੱਧਰ ਜਾਣਾ? ਓਏ ਬੇਬੇ ਤੈਨੂੰ ਵੀ ਸਰੇ ਗੱਲ ਦੱਸਣੀ ਜ਼ਰੂਰੀ ਆ ਗਈ, ਉਹੀ ਤੜਕੀ ਸੂਈ ਕੁੱਤੀਆਂ ਨੂੰ। ਮੇਰੀ ਗੱਲ ਸੁਣ, ਜਿਹੜੀ ਉਹ ਮੇਮ ਸਾਹਿਬ ਲੈ ਕੇ ਆ ਨਾ, ਉਹ ਮੌਜ ਨਾਲ ਮੋਬਾਈਲ ਚਲਾਈ ਜਾਂਦੀ, ਚਾਹ ਵੀ ਨਹੀਂ ਬਣਾ ਕੇ ਦਿੰਦੀ, ਮੈਂ ਇਹਦਾ ਦੱਸ ਕੀ ਕਰਾਂ? ਝਾੜੂ ਲਾ ਕੇ ਹਟੀ ਆ, ਇਹ ਮੇਰੀ ਗੱਲ ਸੁਣ, ਚਾਹ ਤਾਂ ਇਹ ਵੀ ਬਣਾ ਕੇ ਪੀ ਸਕਦੇ ਆ ਨਾ, ਕਿੱਡੀ ਕੁ ਖਾਸ ਗੱਲ ਕਰਦੀ? ਕੋਈ ਨੀ, ਜਦੋਂ ਵੀਰਪਾਲ ਸੀਗੀ ਇੱਥੇ, ਕੋ ਮੈਂ ਤਾਂ ਹੱਥ ਨਹੀਂ ਲਾਉਣ ਦਿੰਦੇ ਨਾ, ਕਿਵੇਂ ਨਾ ਲਿਆ ਕਰਾਂ, ਜਿਹ ਚ ਗੁਣ ਹੁੰਦੇ ਉਹਦਾ ਕਹੇ ਜਾਂਦਾ ਹੈਗਾ। ਚੰਗਾ, ਗੁਣ ਨੂੰ ਕੀ ਦੱਸ, ਉਹ ਚੰਦ ਤੋਂ ਤਾਰੇ ਤੋੜ ਗਏ ਨਹੀਂ। ਮੇਰੀ ਗੱਲ ਸੁਣ, ਜਦੋਂ ਤੇਰੇ ਪਿਓ ਮੁੱਕਿਆ ਨਾ, ਮੈਨੂੰ ਪਤਾ ਮੈਂ ਕਿਵੇਂ ਥਾਂ ਸਿਰ ਆਪਣੀ ਕਬੀਲਦਾਰੀ ਸਾਂਭੀ ਹੈ, ਚਿੱਟੀ ਚੁੰਨੀ ਦਾ ਰਾਜ ਬਹੁਤ ਔਖਾ ਹੁੰਦਾ ਸੰਭਾਲਣਾ, ਤੂੰ ਕਿਉਂ ਤੋਂ ਤਪਾਉਣਾ ਮੈਨੂੰ, ਕਿਉਂ ਤਪਾਉਣਾ? ਮੈਂ ਹੁਣ ਇਹ ਤਾਂ ਲਈ ਬੈਠੀ ਆ, ਇਹਦਾ ਕੀ ਹੈ? ਟਾਟ ਪੈਣ ਲੱਗ, ਹਾਂ ਮੇਰੇ ਤਾਂ ਬੋਲਿਆ ਵੀ ਬੁਰਾ ਲੱਗਦਾ ਤੈਨੂੰ।
ਮੈਨੂੰ ਪਤਾ ਕੀ ਕਹਿ ਦਿੰਦੀ ਤੂੰ ਮੇਰੇ ਪੁੱਤ ਦਾ ਘਰ ਪੱਟ ਲੈ ਹਾਂ ਫਿਰ ਮੈਂ ਕਹਿਣੀ ਆ ਐਵੇਂ ਪੱਟਦਾ ਬੇਬੇ ਮੈਂ ਲੈ ਕੇ ਆਇਆ ਇਹਨੇ ਵੱਧ ਘੱਟ ਬੋਲੀ ਤੇਰੀ ਸੰਗੀ ਘੁੱਟ ਦੂੰਗਾ ਘੁੱਟ ਦੂ ਇਹ ਸੰਗੀ ਐਵੇਂ ਨਾ ਬੜਾ ਬਕਵਾਸ ਜੀ ਕਰਿਆ ਕਰੋ ਆ ਤੇਰੇ ਤੇਰੇ ਚਾਚੇ ਨੇ ਉਹੀ ਉਹਦੇ ਚ ਨੇ ਹੋਰ ਕੋਈ ਗੁਣ ਨਹੀਂ ਹੈ ਚੱਲ ਕੋਈ ਨਾ ਬਾਅਦ ਜੇ ਮੈਂ ਲੈ ਕੇ ਆਇਆ ਮੈਨੂੰ ਪਤਾ ਵੀ ਕਹੇ ਜੀ ਉਹ ਠੀਕ ਆ ਕੰਮ ਕਰੋ ਇਹ ਚਾਹੇ ਨਾ ਕਰੇ ਤੈਨੂੰ ਬੋਲਣ ਦੀ ਲੋੜ ਨਹੀਂ ਪਹਿਲਾਂ ਵੀ ਤਾਂ ਤੂੰ ਕਰਦੀ ਸੀ ਹੁੰਦਾ ਤੇਰੇ ਦੇਖ ਉਹ ਭੋਲੀ ਭਾਲੀ ਸੀ ਮਾਂ ਵਾਰੀ ਕੁੜੀ ਹੈ ਉਹਨੂੰ ਕਰਤਾ ਕਰੋ ਜੇ ਆਹੀ ਚਾਚੇ ਰਹੇ ਨਾ ਤੇਰੇ ਮੈਂ ਤਾਂ ਆਪ ਬਗ ਤੂੰ ਮੈਂ ਆ ਗਈ ਤੇਰੇ ਕੋਲੇ ਤੇ ਉਹ ਕੱਢਤਾ ਉਹਨਾਂ ਨੂੰ ਘਰੋਂ ਤੁਹਾਨੂੰ ਆਹੋ ਮੈਨੂੰ ਵੀ ਕੱਢਤਾ ਜਿਵੇਂ ਤੈਨੂੰ ਕੱਢਾ ਉਵੇਂ ਮੈਨੂੰ ਕੱਢਤਾ ਹਕਾਰਿਆ ਹੋਇਆ ਉਹਦੇ ਹੱਥਾਂ ਦੇ ਉਂਗਲਾਂ ਤੇ ਚੜਿਆ ਹੋਇਆ ਪਤੀ ਸੀ ਬੇਬੇ ਉਹਦੀਆਂ ਕਰਤੂਤਾਂ ਦਾ ਘਰੇ ਲੈ ਆਇਆ ਉਹਨੂੰ ਤਾਂ ਗਾਲਾਂ ਦੇ ਕੇ ਆਈ ਆ ਮੈਨੂੰ ਕਹਿੰਦਾ ਸੰਗੀ ਘੁੱਟ ਦੂ ਨੀ ਇਹਦਾ ਬਗੜਾ ਫਿਰ ਤੂੰ ਅੱਛਾ ਇੰਨਾ ਕੁਛ ਕੀਤਾ ਬਾਲਾ ਕੁਛ ਕੀਤਾ ਮੈਂ ਤਾਂ ਫਿਰ ਆ ਗਈ ਚੱਲ ਕੋਈ ਨਾ ਬੇਬੇ ਆ ਜਾ ਉਹ ਪਤੀ ਸੀ ਉਹਦੀਆਂ ਬਾਲੇ ਜਵਾਨ ਮਾਰਦਾ ਬਾਲਾ ਬੋਲਦਾ ਰੁੱਖਾ ਇੰਨਾ ਬੋਲਦਾ ਕੋਈ ਅੰਤ ਨੀ ਪਤੀ ਸੀ